ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸੋਈ ਕਰਾਏ ਜੋ ਤੁਦ ਭਾਵੈ ਮੋਹਿ ਸਿਆਨਪ ਕਛੂ ਨ ਆਵੈ ਹਮ ਬਾਰਕ ਤਉ ਸਰਨਾਈ ਪ੍ਰਭ ਆਪੇ ਪੈਜ ਰਖਾਈ ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਤਪਾਲਣ ਲਾਗਾ ਕਰੀ ਤੇਰਾ ਕਰਾਇਆ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ ਜੇ ਕਰਾਵੇ ਸੋ ਕਰਨਾ ਨਾਨਕ ਦਾਸ ਤੇਰੀ ਸਰਨਾ ਸੰਤ ਸਹਾਈ ਜੀ ਕੇ ਭਵ ਜਲ ਧਾਰਨ ਹਾਰ ਸਭ ਤੇ ਉੱਤੇ ਜਾਣੀਐ ਨਾਨਕ ਨਾਮ ਪਿਆਰ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਨਾ ਜੀ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਨਾ ਜੀ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਨਾ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਨਾ ਜੀ ਸੰਤਨ ਕੀ ਸਰਨਾ ਹਮ ਸੰਤਨ ਕੀ ਸਰਨਾ ਹਮ ਸੰਤਨ ਕੀ ਸਰਨਾ ਹਮ ਸੰਤਨ ਕੀ ਸਰਨਾ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਨਾ ਜੀ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਨਾ ਸੰਤ ਹਮਾਰੀ ਊਟ ਸਤਾਣੀ ਸੰਤ ਹਮਾਰਾ ਗਹਿਣਾ
हम संतन स्यों बन आई। पूर्व लिखिया पाई उमन तेरा पाई रहाओ, संतन स्यों मेरी लेवा देवी, संतन स्यों व्यवहारा, संतन स्यों हम लहा खाटिया, हर भगत परे भंडारा, संतन मोको पूंजी सौंपी, तौ तरिया मन का धोखा, धर्म राय अब कहाँ करै गो, जौ फाट्यो सगलो लेखा, महा आनंद भय सुख पाया, संतन कै प्रसादे, कहो नानक हर सिउ मन मानिया, रांगर ते बिस्मा दे, हम संतन की रेन प्यारे, हम संतन की सरना, संतन की रेन प्यारे, हम संतन की सरना जी, हम संतन की रेन प्यारे, हम संतन की सरना, संत हमारी ओट सदानी, संत हमारा बैना, संतन की रेन प्यारे, हम संतन की रेन प्यारे, हम संतन की सरना, परम सत्कारयोग सतगुरां दी साजी नवाजी, गुरु का खास रूप गुरु खालसा साह संग जी, दूरों नेड़ों चल के महापुरशां दे पवित्र स्थान ते पहुँच के धन 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 गुरु ग्रंथ साहिब महाराज के पावन पवित्र दरबार दियां हाजरियां भर के काफ़ी समय तो गुरबाणी का हरी जस कीर्तन भानरी वाले महापुरशों तो गुरबाणी का कीर्तन गुरमत दियां विचारां आप सरवण कर रही सी। बाकी जो समा रहिंदा है उन्हूं आपां सारी संगत ने रल मिल के हरकियां कथा कहानियां करके अते सुन के अपने समय नूं अते स्वासां नूं कीमती बनाउणा है। सारी संगत अपनी रसना पवित्र करो,
ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਤਸੰਗ ਜੀ, ਅਕਾਲ ਪੁਰਖ ਦੀ ਮਿਹਰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਸਾਰੀਆਂ ਸੰਗਤਾਂ ਰਲ ਮਿਲ ਕੇ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ, ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਪਰ ਆਪਾਂ ਤਾਂ ਬਰਸੀ ਮਨਾ ਰਹੇ ਹਾਂ। ਹੁਣ ਮਹਾਰਾਜ ਬਾਣੀ 'ਚ ਕਹਿੰਦੇ ਨੇ ਬ੍ਰਹਮ ਗਿਆਨੀ ਸਦਾ ਜਿਉਂਦਾ, ਉਹ ਮਰਦਾ ਨਹੀਂ ਹੁੰਦਾ। ਆਪਾਂ ਜਨਮ ਦਿਹਾੜਾ ਵੀ ਮਨਾਉਂਦੇ ਹਾਂ ਅਤੇ ਬਰਸੀ ਵੀ ਮਨਾਉਂਦੇ ਹਾਂ। ਬਾਬਾ ਜੀ ਸੁਨਾਰੇ ਸੀ, ਜੰਮਣ ਮਰਨਾ ਤਿੰਨ ਕੋ, ਜੋ ਹਰ ਲੜ ਲਾਗੇ। ਇਹ ਜਨਮ ਅਤੇ ਮਰਨ ਦਾ ਕਾਨੂੰਨ ਮਹਾਂਪੁਰਸ਼ਾਂ ਅਤੇ ਰੱਬ ਦੇ ਪਿਆਰਿਆਂ 'ਤੇ ਲਾਗੂ ਨਹੀਂ ਹੁੰਦਾ। ਜਿਹੜੇ ਪਰਮਾਤਮਾ ਦੇ ਲੜ ਲੱਗੇ ਸ਼ਬਦ ਨਾਲ ਜੁੜੇ ਹੈ, ਨਾਮ ਜਪਦੇ ਜਪਦੇ ਨਾਮੀ ਦਾ ਰੂਪ ਹੋ ਗਏ। ਅੱਜ ਸਾਇੰਸ ਨੇ ਗੱਲ ਸਿੱਧ ਕਰ ਦਿੱਤੀ ਹੈ ਕਿ ਸ਼ਬਦ ਦਾ ਕਦੇ ਵਿਨਾਸ਼ ਨਹੀਂ ਹੁੰਦਾ ਹੈ। ਭਾਵੇਂ ਉਹ ਸਤਯੁਗ ਦੇ ਵਿੱਚ ਬੋਲਿਆ ਗਿਆ, ਭਾਵੇਂ ਤ੍ਰੇਤੇ ਦੇ ਵਿੱਚ, ਭਾਵੇਂ ਦੁਆਪਰ 'ਚ, ਭਾਵੇਂ ਹੁਣ ਬੋਲ ਰਹੇ ਹਾਂ, ਇਹ ਸ਼ਬਦ ਹੈ ਜਿਹੜਾ ਪੁਲਾੜ ਦੇ ਵਿੱਚ ਗੂੰਜਦਾ ਰਹਿੰਦਾ ਹੈ। ਸ਼ਬਦ ਖਤਮ ਨਹੀਂ ਹੁੰਦਾ ਕਦੇ ਵੀ। ਸ਼ਬਦ ਬੁੱਢਾ ਨਹੀਂ ਹੁੰਦਾ, ਸ਼ਬਦ ਬਿਮਾਰ ਨਹੀਂ ਹੁੰਦਾ, ਸ਼ਬਦ ਪਾਣੀ ਵਿੱਚ ਡੁੱਬਦਾ ਨਹੀਂ, ਅੱਗ ਵਿੱਚ ਸੜਦਾ ਨਹੀਂ, ਸ਼ਬਦ ਮੈਲਾ ਨਹੀਂ ਹੁੰਦਾ। ਅਤੇ ਜਿਹੜੇ ਨਾਮ ਜਪਦੇ ਜਪਦੇ ਨਾਮੀ ਦੇ ਰੂਪ ਹੋ ਗਏ, ਸ਼ਬਦ ਰੂਪ ਹੀ ਹੋ ਗਏ ਜਿਹੜੇ, ਫਿਰ ਸਰੀਰ ਦਾ ਜਨਮ ਲੈਣਾ ਅਤੇ ਸਰੀਰ ਦਾ ਅੰਤ ਹੋਣਾ, ਇਹ ਤਾਂ ਇੱਕ ਸਰੀਰ ਦੀ ਕਿਰਿਆ ਹੈ। ਪਰ ਸਾਧ ਸਿੰਘ ਜੀ ਜਿਹੜੇ ਨਾਮੀ ਦਾ ਰੂਪ ਹੋ ਗਏ, ਉਹਨਾਂ ਦੇ ਉੱਤੇ ਦੋਵੇਂ ਕਾਨੂੰਨ ਲਾਗੂ ਨਹੀਂ ਹੁੰਦੇ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਉਹਨਾਂ ਦਾ ਸੰਸਾਰ 'ਤੇ ਆਉਣ ਦਾ ਪ੍ਰਯੋਜਨ ਹੁੰਦਾ ਪਰ ਉਪਕਾਰ। ਆ ਸਪੀਕਰ ਦਾ ਰੌਲਾ ਜਿਹਾ ਜ਼ਿਆਦਾ ਪੈਂਦਾ ਹੈ, ਸਮਝ ਘੱਟ ਆਉਂਦੀ ਹੈ, ਪਤਾ ਨਹੀਂ ਮੈਨੂੰ ਹੀ ਨਹੀਂ ਆਉਂਦੀ। ਆਪਾਂ ਇੱਥੇ ਸੰਗਤ ਨੂੰ ਸੁਣਾਉਣਾ ਹੈ, ਰੌਲਾ ਨਹੀਂ ਪਾਉਣਾ ਹੈ। ਸੋ ਭਾਵੇਂ ਕਾਲ ਪੁਰਖ ਪਰਮੇਸ਼ਰ ਨੇ ਮਰਿਆਦਾ ਬਣਾਈ ਹੈ, ਜੇ ਪਰਮਾਤਮਾ ਸਰੀਰ ਧਾਰ ਕੇ ਆਉਂਦਾ ਹੈ ਤਾਂ ਉਹ ਫਿਰ ਸਰੀਰ ਛੱਡਦਾ ਵੀ ਹੈ। ਉਹ ਆਪਣੀ ਬਣਾਈ ਮਰਿਆਦਾ ਨੂੰ ਭੰਗ ਨਹੀਂ ਕਰਦਾ। ਇਸੇ ਕਰਕੇ ਉਹਦੇ ਕਾਨੂੰਨ ਨੂੰ ਸਭ ਨੂੰ ਮੰਨਣਾ ਪੈਂਦਾ, ਕਿਉਂਕਿ ਉਹ ਆਪ ਮੰਨਦਾ। ਜਿਹੜੇ ਲੋਕ ਆਪ ਹੀ ਮਰਿਆਦਾ ਨੂੰ ਨਹੀਂ ਮੰਨਦੇ, ਆਪ ਕਾਨੂੰਨ ਨੂੰ ਨਹੀਂ ਮੰਨਦੇ, ਉਹਨਾਂ ਦੇ ਕਾਨੂੰਨ ਨੂੰ ਬਣਾਏ ਨੂੰ ਮੰਨਦਾ ਵੀ ਕੋਈ ਨਹੀਂ ਹੁੰਦਾ। ਪਰ ਪਰਮਾਤਮਾ ਆਪਣੀ ਬਣਾਈ ਮਰਿਆਦਾ ਨੂੰ ਭੰਗ ਨਹੀਂ ਕਰਦਾ ਹੈ। ਉਹ ਸਰੀਰ ਵੀ ਲੈਂਦਾ, ਜਨਮ ਲੈਂਦਾ ਅਤੇ ਛੱਡਦਾ ਵੀ ਹੈ।
ਜਿੰਨੇ ਅਵਤਾਰ ਹੋਏ, ਪੈਗੰਬਰ ਹੋਏ, ਰਹਿਬਰ ਹੋਏ, ਰਿਸ਼ੀ ਮੁਨੀ, ਸੰਤ ਭਗਤ, ਗੁਰੂ ਅਵਤਾਰ ਹੋਏ, ਉਹਨਾਂ ਨੇ ਸਰੀਰ ਧਾਰਨ ਵੀ ਕੀਤਾ ਅਤੇ ਸਰੀਰ ਛੱਡਿਆ ਵੀ ਹੈ। ਇਹ ਉਹਦੀ ਮਰਿਆਦਾ ਬਣਾਈ ਹੋਈ ਹੈ। ਉਹਦੀ ਬਣਾਈ ਮਰਿਆਦਾ ਅਨੁਸਾਰ ਰੱਬ ਦੇ ਪਿਆਰੇ ਸੰਸਾਰ 'ਤੇ ਆਉਂਦੇ ਨੇ, ਉਹਨਾਂ ਦੀ ਲਾਈ ਹੋਈ ਡਿਊਟੀ ਕਰਕੇ ਆਪਣੇ ਨਿੱਜ ਘਰ ਨੂੰ ਚਲੇ ਜਾਂਦੇ ਨੇ। ਜੇ ਪਿੱਛੇ ਧਿਆਨ ਮਾਰ ਕੇ ਦੇਖੀਏ, ਕਿੰਨੇ ਪੈਗੰਬਰ ਆਏ, ਕਿੰਨੇ ਰਹਿਬਰ ਆਏ, ਕਿੰਨੇ ਗੁਰੂ ਅਵਤਾਰ ਆਏ, ਪਰ ਉਹਨਾਂ ਨੇ ਸਰੀਰ ਧਾਰਨ ਕੀਤਾ, ਫਿਰ ਸਰੀਰ ਛੱਡਿਆ ਵੀ। ਜਿਵੇਂ ਭਗਤਾਂ ਦੇ ਸਰਮੋਰ ਭਗਤ ਭਗਤ ਕਬੀਰ ਜੀ ਹੋਏ ਨੇ, ਭਗਤ ਤਾਂ ਸਾਰੇ ਸਰਮੋਰ ਹੋਏ ਨੇ, ਭਾਵੇਂ ਰਵਿਦਾਸ ਭਗਤ ਜੀ ਨੇ, ਭਾਵੇਂ ਸੈਣ ਭਗਤ ਜੀ ਨੇ, ਭਾਵੇਂ ਨਾਮਦੇਵ ਭਗਤ ਜੀ ਨੇ, ਭਾਵੇਂ ਪੀਪਾ ਭਗਤ ਜੀ ਨੇ, ਭਾਵੇਂ ਧੰਨਾ ਭਗਤ ਜੀ ਨੇ, ਸਾਰੇ ਹੀ ਸਰਮੋਰ ਹੋਏ ਨੇ। ਕਿਉਂਕਿ ਸਰਮੋਰ ਹੈ ਪਰਮਾਤਮਾ, ਪਰਮਾਤਮਾ ਤੋਂ ਉੱਪਰ ਕੋਈ ਨਹੀਂ ਹੈ। ਪਰਮਾਤਮਾ ਤੋਂ ਉੱਪਰ ਹੈ ਉਹਦਾ ਨਾਮ, ਉੱਚੇ ਉੱਪਰ ਉੱਚਾ ਨਾਮ। ਪਰਮਾਤਮਾ ਨਾਲੋਂ ਪਰਮਾਤਮਾ ਦਾ ਨਾਮ ਵੱਡਾ ਹੈ। ਜਾਂ ਫਿਰ ਜਿਨ੍ਹਾਂ ਨੇ ਨਾਮ ਜਪਿਆ ਹੈ ਉਹਨਾਂ ਦਾ ਦਰਜਾ ਵੱਡਾ ਹੈ। ਦੁਨੀਆਂ ਵਿੱਚ ਇਹ ਬੜਾ ਝਗੜਾ ਚੱਲਦਾ, ਹਰ ਕੋਈ ਆਪਣੇ ਆਪ ਨੂੰ ਵੱਡਾ ਬਣਨਾ ਚਾਹੁੰਦਾ ਹੈ। ਭਗਤ ਤਲੋਚਨ ਜੀ ਨੂੰ ਪੁੱਛਿਆ ਕਿ ਭਗਤ ਜੀ ਦੁਨੀਆਂ ਵਿੱਚ ਵੱਡਾ ਕੌਣ ਹੈ, ਜਿਨ੍ਹਾਂ ਨੇ ਬਹੁਤ ਵਿੱਦਿਆ ਪੜ੍ਹੀ ਹੈ, ਜਿਨ੍ਹਾਂ ਨੂੰ ਪੰਡਿਤ ਕਹਿੰਦੇ ਨੇ, ਪੰਡਿਤ ਵਿਦਵਾਨ ਨੂੰ ਕਹਿੰਦੇ ਨੇ। ਜਾਤੀ ਦਾ ਪੰਡਿਤ ਨਹੀਂ ਹੁੰਦਾ, ਜਾਤੀ ਦਾ ਬ੍ਰਾਹਮਣ ਹੁੰਦਾ ਹੈ। ਪੰਡਿਤ ਵਿਦਵਾਨ ਨੂੰ ਕਹਿੰਦੇ ਨੇ। ਜਿਵੇਂ ਆਪਣੇ ਨੇੜੇ ਇੱਥੇ ਨਿਰਮਲ ਕੁਟੀਆ ਖੋਖ, ਸੰਤ ਬਾਬਾ ਨਿੱਕਾ ਸਿੰਘ ਜੀ ਮਹਾਰਾਜ ਮਾਰ ਤੰਡ ਵਿਦਵਾਨ ਬ੍ਰਹਮ ਗਿਆਨੀ, ਬ੍ਰਹਮ ਗਿਆਨੀ ਬਣਾਉਣ ਵਾਲੇ ਪੂਰਨ ਬਰਕਤ ਬਾਬਾ ਨਿੱਕਾ ਸਿੰਘ ਜੀ ਮਹਾਰਾਜ, ਉਹਨਾਂ ਦਾ ਜਨਮ ਹੋਇਆ ਜੱਟ ਜ਼ਿਮੀਂਦਾਰਾਂ ਦੇ ਘਰ। ਪਰ ਉਹ ਵਿਦਵਾਨ ਹੋਣ ਕਰਕੇ ਉਹਨਾਂ ਨੂੰ ਪੰਡਿਤ ਬਾਬਾ ਨਿੱਕਾ ਸਿੰਘ ਜੀ ਮਹਾਰਾਜ ਕਹਿੰਦੇ ਸੀ। ਵਿਦਵਾਨ ਸੀ ਉਹ, ਵਿਦਵਾਨ ਪੰਡਿਤ ਨੂੰ ਕਹਿੰਦੇ ਨੇ ਜਾਂ ਪੰਡਿਤ ਵਿਦਵਾਨ ਨੂੰ ਕਹਿੰਦੇ ਨੇ। ਪੁੱਛਿਆ ਭਗਤ ਲੋਚਨ ਜੀ, ਜਿਨ੍ਹਾਂ ਨੇ ਬਹੁਤ ਵਿੱਦਿਆ ਪੜ੍ਹੀ ਹੈ, ਕੀ ਉਹ ਵੱਡੇ ਨੇ? ਭਗਤ ਲੋਚਨ ਜੀ ਕਹਿੰਦੇ, ਕੋਈ ਵੀ ਨਹੀਂ ਕਹਿ ਸਕਦਾ ਕਿ ਮੈਂ ਸਾਰੀ ਵਿੱਦਿਆ ਪੜ੍ਹ ਲਈ ਹੈ। ਵਿੱਦਿਆ ਇਸ ਤਰ੍ਹਾਂ, ਜਿੰਨਾ ਆਕਾਸ਼ 'ਚ ਉੱਚਾ ਜਾਈ ਜਾਊਗੇ ਉਨਾ ਆਕਾਸ਼ ਹੋਰ ਉੱਚਾ ਅੱਗੇ ਆਈ ਜਾਂਦਾ। ਅੱਜ ਤੱਕ ਉਹ ਦੱਸ ਹੀ ਨਹੀਂ ਸਕਿਆ ਮੈਂ ਆਕਾਸ਼ 'ਤੇ ਜਾ ਆਇਆ। ਪੰਛੀ ਦੇ ਜਾਨਵਰ ਖੰਭਾਂ ਵਿੱਚ ਜਿੰਨੀ ਕੁ ਜਾਣ ਹੁੰਦੀ ਉਨਾ ਉੱਚਾ ਜਾਂਦਾ, ਫਿਰ ਥੱਲੇ ਆ ਜਾਂਦਾ। ਇਸੇ ਤਰ੍ਹਾਂ ਵਿੱਦਿਆ ਦਾ ਕੋਈ ਅੰਤ ਨਹੀਂ ਹੈ। ਜਿੰਨੀ ਕਿਸੇ ਨੇ ਫੜੀ ਹੈ ਉਹਨੂੰ ਥੋੜ੍ਹੀ ਲੱਗਦੀ ਹੈ। ਇਸ ਕਰਕੇ ਵਿਦਵਾਨ ਵੱਡੇ ਨਹੀਂ। ਜਿਹੜੇ ਸੂਰਮੇ ਨੇ, ਰੱਥੀ, ਅਤ ਰੱਥੀ, ਮਹਾਰਥੀ, ਤਿੰਨ ਤਰ੍ਹਾਂ ਦੇ ਸੂਰਮੇ ਹੁੰਦੇ ਨੇ।
ਜਿਹੜਾ ਸੈਂਕੜੇ ਦੁਸ਼ਮਣਾਂ ਦਾ ਮੁਕਾਬਲਾ ਕਰ ਲਵੇ ਉਹਨੂੰ ਰੱਥੀ ਸੂਰਮਾ ਕਹਿੰਦੇ ਨੇ। ਜਿਹੜਾ ਹਜ਼ਾਰਾਂ ਦੁਸ਼ਮਣਾਂ ਦਾ ਮੁਕਾਬਲਾ ਕਰ ਲਵੇ ਉਹਨੂੰ ਅਤ ਰੱਥੀ ਸੂਰਮਾ ਕਹਿੰਦੇ ਨੇ। ਜਿਹੜਾ ਲੱਖਾਂ ਹੀ ਦੁਸ਼ਮਣਾਂ ਦਾ ਮੁਕਾਬਲਾ ਕਰ ਲਵੇ ਉਹਨੂੰ ਮਹਾਰਥੀ, ਜਿਵੇਂ ਬਾਬਾ ਅਜੀਤ ਸਿੰਘ ਜੀ ਮਹਾਰਾਜ ਵੱਡੇ ਸਾਹਿਬਜ਼ਾਦੇ ਕਲਗੀਧਰ ਪਾਤਸ਼ਾਹ ਦੇ 10 ਲੱਖ ਫੌਜ ਦੇ ਨਾਲ ਜੰਗ ਕੀਤੇ, ਜਿਨ੍ਹਾਂ ਦੇ ਸਰੀਰ ਦੇ ਉੱਤੇ 352 ਸ਼ਸਤਰਾਂ ਦੇ ਫੱਟ ਲੱਗੇ। ਦੁਨੀਆ 'ਚ ਕੋਈ ਐਡਾ ਸੂਰਮਾ ਨਹੀਂ ਹੋਇਆ ਜਿਹਦੇ ਸਰੀਰ 'ਤੇ ਇੰਨੇ ਫੱਟ ਵੱਜ ਕੇ ਸ਼ਹੀਦੀ ਪ੍ਰਾਪਤ ਕੀਤੀ ਹੋਵੇ ਕਿਸੇ ਨੇ। ਮਹਾਰਥੀ ਸੂਰਮਾ ਭਗਤ ਜੀ, ਸੂਰਮੇ ਵੱਡੇ ਹੁੰਦੇ ਨੇ, ਕਹਿੰਦੇ ਠੀਕ ਹੈ ਉਹਨਾਂ 'ਚ ਸੂਰਮਗਤੀ ਹੁੰਦੀ ਹੈ, ਪਰ ਜੰਗ ਕਰਦਿਆਂ ਜਿਵੇਂ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਜੰਗ ਕਰਦਿਆਂ ਕਰਦਿਆਂ ਦੋਹਾਂ ਦੇ ਇਕੱਠੇ ਵਾਰ ਚੱਲ ਗਏ। ਬਾਬਾ ਦੀਪ ਸਿੰਘ ਜੀ ਦਾ ਵਿਸ਼ੇਸ਼ ਧੜ ਤੋਂ ਲਹਿਦਾ ਹੋ ਗਿਆ ਅਤੇ ਜਿਹਦੇ ਨਾਲ ਜੰਗ ਹੋ ਰਿਹਾ ਸੀ ਉਹਦਾ ਵੀ ਸਿਰ ਤੋਂ ਧੜ ਸਿਰ ਤੋਂ ਲਹਿਦਾ, ਇਕੱਠੇ ਵਾਰ ਚੱਲ ਗਏ ਦੋਹਾਂ ਦੇ। ਪੰਡਿਤ ਸੂਰ ਛਤਰਪਤ ਰਾਜਾ ਚੱਕਰਵਰਤੀ ਰਾਜੇ, ਇੱਕ ਤਾਂ ਰਿਆਸਤਾਂ ਦੇ ਰਾਜੇ ਸੀ, ਨਾਭੇ ਦਾ ਰਾਜਾ, ਪਟਿਆਲੇ ਦਾ ਰਾਜਾ, ਸੰਗਰੂਰ ਦਾ ਰਾਜਾ, ਇਹ ਰਿਆਸਤਾਂ ਦੇ ਰਾਜੇ ਸੀ, ਪਰ ਜਿਹੜਾ ਸਾਰੇ ਦੇਸ਼ ਦਾ ਰਾਜਾ ਹੁੰਦਾ ਸੀ ਉਹਨੂੰ ਚੱਕਰਵਰਤੀ ਰਾਜਾ ਕਹਿੰਦੇ ਸੀ। ਕਦੀ ਰਾਜੇ ਕੰਗਾਲ ਹੋ ਜਾਂਦੇ ਨੇ, ਕਦੀ ਕੰਗਾਲ ਰਾਜੇ ਬਣ ਜਾਂਦੇ ਨੇ। ਇਸ ਕਰਕੇ ਭਗਤ ਲੋਚਨ ਜੀ ਕਹਿੰਦੇ ਚੱਕਰਵਰਤੀ ਰਾਜੇ ਵੀ ਵੱਡੇ ਨਹੀਂ। ਫਿਰ ਭਗਤ ਜੀ ਕੌਣ ਵੱਡਾ? ਭਗਤ ਲੋਚਨ ਜੀ ਕਹਿੰਦੇ ਜਿਨ੍ਹਾਂ ਨੇ ਪਰਮਾਤਮਾ ਦੀ ਬੰਦਗੀ ਕੀਤੀ ਹੈ, ਨਾਮ ਜਪਿਆ ਹੈ, ਉਹ ਵੱਡੇ ਨੇ। ਬਾਣੀ 'ਚ ਮਹਾਰਾਜ ਕਹਿੰਦੇ ਨੇ ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਕੋਈ ਨਾ, ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਕੋਈ ਨਾ। ਪੰਡਤ ਰਾਜਾ ਭਗਤ ਬਰਾਬਰ, ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਕੋਈ ਨਾ। ਬਰਾਬਰ ਕੋਈ ਨਾ, ਭਗਤ ਬਰਾਬਰ ਕੋਈ ਨਾ, ਬਰਾਬਰ ਕੋਈ ਨਾ, ਭਗਤ ਬਰਾਬਰ ਕੋਈ ਨਾ। ਬਰਾਬਰ ਕੋਈ ਨਾ, ਬਰਾਬਰ ਕੋਈ ਨਾ, ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ,
पंडित सूर शतरपत राजा भक्त बराबर कोई ना। सब तो वड्डा दर्जा रब दे भगतां दा है। गुरु अर्जन देव जी महाराज नूं बेनती कीती, महाराज आप कृपा करके दसो कि दुनिया च वड्डा कौन है। गरीब नवाज सच्चे पातशाह बाणी च उपदेश करदे ने, जिहड़े लोग तुहानूं दुनिया च वड्डे लगदे आ, वड्डे वड्डे बंगले, वड्डियां वड्डियां कारां, मोटरां, नौकर चाकर, धन पदार्थ, वो तां तुहानूं बाहरों ही वड्डे लगदे ने, पर उन्हां दा जीवन तां चिंता नाल भरिया होया, वो चैन नाल सौ नहीं सकदे। वो लोग वड्डे वड्डे जो दीसें लोग, तिनको व्यापै चिंता रोग। उन्हां दे बंगले ना देखियो, वो रात नूं चैन नाल सौ नहीं सकदे, उबड़ उबड़ के उठदे ने। आपां चंगे आराम नाल सौ तां जांदे आ, वो चिंता दे रोग दे विच ग्रसे होए ने। बड़े बड़े जो दीसें लोग, तिनको व्यापै चिंता रहो। कौन वड्डा? माया वड्याई। महाराज कहिंदे जिन्हां कोल बहुत माया वो वड्डे ने। महाराज कहिंदे ने सो वड्डा जिन राम लिव लाई, वो वड्डा है जिन्हें परमात्मा दे नाम नाल लिव लाई। सोई है वड्डा जिन्हें राम लिव लाई है, सोई वड्डा जिन्हें राम लिव लाई। सोई वड्डा वही जिन्ने राम लिव लाई है। राम ने बुलाई है जी, राम ने बुलाई है। वड्डा वही जिन्ने राम ने बनाई है। सोई है वड्डा, वड्डा माया वड्याई, सो वड्डा जिन राम लिव लाई। कलगीधर पातशाह दा दरबार सजिया श्री आनंदपुर साहिब।
जिस धरती का नाम है आनंदपुर साहब, जिथे सदा ही आनंद वरतदा है, दरबार सजे कलगीधर पातशाह दा। दरबार तो राजे महाराजों के भी सजदे सी, पर कलगीधर पातशाह दा दरबार बहुत कीमती चंदोवा मार दे सीस ते झूल रहा। महाराज तख्त उत्ते वीर आसन ला के बैठे ने, एक गोडा खड़ा रखना ते एक धरती ना लाउणा, इहनूं वीर आसन कहिंदे ने। सीस ते बड़ी कीमती कलगी शोभा दे रही है। कलगीधर पातशाह महाराज के हाथ विच तीर फड़िया है, जिदे उत्ते बहुता मेहरबान हुंदे ने, उन्हूं तीर नाल आशीर्वाद दे दिंदे है, ते जां फिर जिदे वल मेहर दी नज़र नाल ही देख लैंदे ने, नानक नदरी नज़र निहाल कर दिंदे है। एक पासे भाई बैठे ने, एक पासे माइयां रबाबी कीर्तन कर रहे ने। चार सपेरे वातावरण बहुत शांत, कोई आवाज़ नहीं सुनती, केवल बाणी दे शब्द ही आवाज़ ही कन्न च पैंदी है। धरती ते बैकुंठ बनया होया, कहत कबीर अब कही है काहे, साध संगत बैकुंठ है आहे। ये मात लोक ते बैकुंठ है जिथे आपां बैठे हैं, इत्थे हर कोई आ सकदा है, पर इत्थे भी वड्डे भागां वाले आ सकदे ने। भागे तां सुत्ते पए ने, पक्खे ला के आए ने घरों, कम दा टाइम है, छड के आए ने, पर पक्खे ला के पए ने, सवेरे लंगर छक के चले जाणगे। गुरमुख लाहा लै गए, मनमुख चले मूल गवाए जियो। गुरमुख लाहा लेंदे ने, बाकी तां गवा के चले जांदे ने। जिन्नी क संगत इत्थे इत्थे बैठी है ना, उन्ने सुख भी लै रहे ने, जाके देख लो कमरे च। ये भी भागां वाले लाहा लै सकदे ने, नभागे नहीं लाहा लै सकदे। मानो के मात लोक ते बैकुंठ बनया होया है। कलगीधर पातशाह महाराज रबाबी सिंघां नूं इशारा कीता, संगत नूं हुक्म करदे ने, साध संगत जी जदों भारत देश विच भगत कबीर जी होए ने, उदों इस देश दा चक्रवर्ती बादशाह कौन सी, सारे देश दा मालक कौन सी। आ जिन्नी संगत बैठी है, आपां नूं भी बहुते नूं पता नहीं है। आ जिहड़े संगत करदे ने, इन्हां नूं विच विच पता होणा, सुणदे रहिंदे ने जिहड़े। आ जनरल नॉलेज वालिआं नूं भी कोई पता नहीं है। आ जिहड़े उंगलियां जिहे मारदे रहिंदे ने डब्बे जिहे दे, पता इन्हां नूं भी नहीं है। एक भगत कबीर कान्या दी छपरी च रहिंदा है, कान्या दी छन विच खड्डी बुन के गुजारा करदा है। कई वारी दाने भुज्जे खा के छाके ही पैना पैंदा भगत कबीर नूं। ये बाणी च बचन लिखिआ है कि जदों साडे घर लंगर पकदा है, कोई ना कोई महात्मा मूँह सिर चोपड़ के आ जांदा है। उन्हें कच्छ च किताब लई हुंदी है, मूँह सिर चोपड़िया हुंदा है, ते जिहड़ा प्रशादा पक्या हुंदा भगत कबीर जी उन्हूं छका दिंदे ने, सानू दाने चब की पैना पैंदा है। मूंड पलोस कमर बद पोथी, हमको चाबण उनको रोटी।
ਪ੍ਰਸ਼ਾਦਾ ਉਹਨਾਂ ਨੂੰ ਛਕਾਉਂਦੇ ਨੇ ਭਗਤ ਕਬੀਰ, ਅਤੇ ਸਾਨੂੰ ਕਈ ਵਾਰੀ ਦਾਣੇ ਚੱਬ ਕੇ ਪੈਣਾ ਪੈਂਦਾ। ਭਗਤ ਕਬੀਰ ਖੱਡੀ ਬੁਣ ਕੇ ਗੁਜ਼ਾਰਾ ਕਰਦਾ, ਕਾਨਿਆਂ ਦੀ ਛੱਪਰੀ 'ਚ ਰਹਿੰਦੇ ਨੇ, ਅਤੇ ਕਈ ਵਾਰੀ ਦਾਣੇ ਚੱਬ ਕੇ ਪੈਣਾ ਪੈਂਦਾ। ਜਿੰਨਾ ਚਿਰ ਸੰਸਾਰ ਹੈਗਾ, ਭਗਤ ਕਬੀਰ ਜੀ ਦੇ ਨਾਮ ਨੂੰ ਦੁਨੀਆ ਦਾ ਬੱਚਾ ਬੱਚਾ ਜਾਣਦਾ ਰਹੇਗਾ। ਪਰ ਉਸ ਵੇਲੇ ਦੇ ਚੱਕਰਵਰਤੀ ਬਾਦਸ਼ਾਹ ਨੂੰ, ਜਿਹਦੇ ਤਖ਼ਤ ਉੱਤੇ ਅਰਬਾਂ ਦੇ ਹੀਰੇ ਲੱਗੇ ਹੋਣਗੇ, ਉਹ ਜਿੱਧਰ ਨੂੰ ਜਾਂਦਾ ਹੋਣਾ, ਲੱਖਾਂ ਹੀ ਲਸ਼ਕਰ ਉਹਦੇ ਨਾਲ ਜਾਂਦੇ ਹੋਣਗੇ, ਅੱਜ ਉਹਦਾ ਕੋਈ ਨਾਮ ਨਹੀਂ ਜਾਣਦਾ ਹੈ। ਫਿਰ ਕੌਣ ਵੱਡਾ ਹੈ? ਫਿਰ ਬਾਣੀ ਦਾ ਬਚਨ ਸੱਤ ਹੈ, ਸੋ ਵੱਡਾ ਜਿਨ ਰਾਮ ਲਿਵ ਲਾਈ। ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰ ਗੋਬਿੰਦ ਕਹੋ ਨਾਨਕੇ ਜਗਤ ਮੈਂ, ਕਿਨ ਜਪਿਓ ਗੁਰਮੰਤ। ਉਹਨਾਂ ਦਾ ਹੀ ਨਾਮ ਰਹਿਣਾ ਪਰਮਾਤਮਾ ਦਾ। ਪਰਮਾਤਮਾ ਨੇ ਸਦਾ ਰਹਿਣਾ, ਉਹਦੇ ਨਾਮ ਨੇ ਸਦਾ ਰਹਿਣਾ, ਜਾਂ ਫਿਰ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦਾ ਨਾਮ ਸਦਾ ਹੀ ਰਹਿਣਾ। ਭਗਤ ਕਬੀਰ ਜੀ ਇਹਨਾਂ ਦੇ ਘਰ ਸਾਧੂ ਮਹਾਤਮਾ ਆਉਂਦੇ ਰਹਿੰਦੇ ਸੀ, ਗ੍ਰਿਸਤੀ ਸੀ ਨਾ ਭਗਤ ਕਬੀਰ। ਇਹਨਾਂ ਦੀ ਘਰਵਾਲੀ ਦਾ ਨਾਮ ਸੀ ਲੋਈ, ਇਹਨਾਂ ਦਾ ਪੁੱਤਰ ਸੀ ਕਮਾਲਾ ਅਤੇ ਧੀ ਸੀ ਕਮਾਲੀ। ਚਾਰ ਮੈਂਬਰ ਸੀ ਇਹਨਾਂ ਦੇ ਘਰ ਵਾਲੀ। ਲੋਈ ਦੀ ਇੰਨੀ ਕਮਾਈ ਸੀ, ਇੰਨੀ ਬੰਦਗੀ ਸੀ ਮਾਤਾ ਲੋਈ ਦੀ। ਇੱਕ ਕੋਹੜੀ ਨੂੰ ਕਿਸੇ ਨੇ ਆਖਿਆ ਕਿ ਭਗਤ ਕਬੀਰ ਜੀ ਕੋਹੜ ਹਟਾ ਦਿੰਦੇ ਨੇ, ਜਿਨ੍ਹਾਂ ਦੀ ਜ਼ਬਾਨ ਵਿੱਚ ਤਾਕਤ ਹੁੰਦੀ ਹੈ ਉਹ ਜਿਹੜਾ ਬਚਨ ਕਹਿੰਦੇ ਨੇ ਉਹੀ ਟੱਲ ਹੋ ਜਾਂਦਾ। ਅਸੀਂ ਬੜਿਆਂ ਦੇ ਕੋਹੜ ਹਟਦੇ ਦੇਖੇ ਨੇ। ਇੱਥੇ ਨੀਤ ਸਿੰਘ ਦੀ ਸੰਗਤ ਬੈਠੀ ਹੈ ਵਿੱਚ, ਇੱਕ ਭਾਈ ਦੇ ਹੱਥਾਂ 'ਚੋਂ ਪਾਣੀ ਵਗਦਾ ਇਸ ਤਰ੍ਹਾਂ, ਹੱਥਾਂ 'ਚੋਂ ਪੈਰਾਂ 'ਚੋਂ ਕੀੜੀਆਂ ਚੜ੍ਹਦੀਆਂ, ਬਦਬੂ ਆਉਂਦੀ ਉਹਦੇ ਹੱਥਾਂ ਵਿੱਚੋਂ। ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਗਏ, ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਹੱਥਾਂ ਉੱਤੇ ਕੱਪੜਾ ਪਾ ਕੇ ਰੱਖਦਾ ਹੈ, ਪਾਣੀ ਵਗਦਾ ਰਹਿੰਦਾ ਹੱਥਾਂ 'ਚੋਂ, ਬਦਬੂ ਆਉਂਦੀ ਹੈ, ਰਾਤ ਨੂੰ ਸੌਂਦਾ ਕੀੜੀਆਂ ਚੜ੍ਹਦੀਆਂ ਇਹਦੇ ਮੰਜੇ 'ਤੇ, ਸੌਂ ਨਹੀਂ ਸਕਦਾ, ਕਿਰਪਾ ਕਰੋ। ਮਹਾਂਪੁਰਸ਼ ਕਹਿੰਦੇ ਕਿਰਪਾ ਕਰਨ ਵਾਲਾ ਤਾਂ ਸਤਿਗੁਰੂ ਹੈ, ਅਸੀਂ ਤਾਂ ਉਸ ਘਰ ਦੇ ਸੇਵਕ ਹਾਂ, ਇਹਨੂੰ ਕਹੋ ਸੰਗਤ ਦੇ ਜੋੜੇ ਝਾੜਿਆ ਕਰੇ। ਆ ਪੁੱਛ ਲਿਓ ਨੀਤ ਸਿੰਘ ਵਾਲਿਆਂ ਨੂੰ ਸਵੇਰੇ ਕਿ ਥੋੜ੍ਹੇ ਜਿਹੇ ਦਿਨਾਂ ਵਿੱਚ ਲੋਕਾਂ ਨੇ ਸੰਗਤਾਂ ਨੇ ਹੱਥ ਦੇਖੇ ਉਹਦੇ ਕੰਚਨ ਵਰਗੇ, ਕਦੀ ਕੁਛ ਹੋਇਆ ਹੀ ਨਹੀਂ ਹੁੰਦਾ। ਕਿੰਨੀਆਂ ਕੁ ਗਿਣੀ ਜਾਈਏ ਜਿਨ੍ਹਾਂ ਨੂੰ ਡਾਕਟਰਾਂ ਨੇ ਕਹਿ ਦਿੱਤਾ ਤੁਹਾਡੇ ਘਰ ਲਾਦ ਨਹੀਂ ਹੋਣੀ, ਉਹਨਾਂ ਦੇ ਘਰ ਦੀਵੇ ਜਗੇ ਦੇਖ ਸਕਦੇ ਹੋ ਤੁਸੀਂ। ਜਿਹੜੇ ਰੋਟੀ ਤੋਂ ਮਥਾਜ ਸੀ, ਸਵੇਰੇ ਪ੍ਰਸ਼ਾਦਾ ਛਕ ਲੈਂਦੇ ਸੀ, ਸ਼ਾਮ ਦਾ ਫਿਕਰ ਹੁੰਦਾ ਸੀ, ਅੱਜ ਉਹਨਾਂ ਦੇ ਘਰ ਲਹਿਰਾਂ ਬਹਿਰਾਂ ਤੁਸੀਂ ਦੇਖ ਸਕਦੇ ਹੋ। ਅੱਖੀਂ ਇੱਕ ਤਾਂ ਗੱਲਾਂ ਹੁੰਦੀਆਂ ਪੁਰਾਣੀਆਂ, ਉਦੋਂ ਹੈਗਾ ਸੀ, ਅੱਜ ਹੈਗੇ ਨੇ ਜਿਨ੍ਹਾਂ ਨੇ ਖੁਸ਼ੀ ਲਈ ਬਚਨ ਮੰਨਿਆ। ਸਾਧ ਜੀ ਕੋਈ ਵੀ ਆਪਣੇ 'ਚ ਮਾਈ ਭਾਈ ਬੰਦਗੀ ਕਰੇ, ਕਮਾਈ ਕਰੇ, ਇਹ ਜਿਹੜੀ ਜ਼ਬਾਨ ਚੁਗਲੀਆਂ ਨਿੰਦਿਆ ਕਰਦੀ ਰਹਿੰਦੀ ਹੈ, ਇਹੀ ਜਦੋਂ ਸਿਮਰਨ ਕਰੇਗੀ, ਬੰਦਗੀ ਕਰੇਗੀ, ਇਸ ਜ਼ਬਾਨ 'ਚ ਤਾਕਤ ਹੋ ਜਾਏਗੀ। ਕਰਮ ਖੰਡ ਕੀ ਬਾਣੀ, ਜ਼ੋਰ ਤਾਕਤ ਹੋ ਜਾਏਗੀ।
ਜਿਹੜਾ ਬਚਨ ਕਰੇਗਾ ਉਹ ਪੂਰਾ ਹੋ ਜਾਏਗਾ, ਭਾਵੇਂ ਕੋਈ ਮਾਈ ਹੈ, ਭਾਵੇਂ ਭਾਈ ਹੈ, ਬੱਚਾ ਹੈ, ਭਾਵੇਂ ਬਜ਼ੁਰਗ ਹੈ, ਕੋਈ ਕਰ ਲਵੇ। ਮਾਤਾ ਲੋਈ ਇੰਨੀ ਕਮਾਈ ਸੀ, ਕਿਸੇ ਨੇ ਆਖਿਆ ਭਗਤ ਕਬੀਰ ਕੋੜ ਹਟਾ ਦਿੰਦਾ, ਉਹ ਕੋੜੀ ਭਗਤ ਕਬੀਰ ਜੀ ਦੇ ਘਰ ਆਇਆ ਅਤੇ ਕਬੀਰ ਜੀ ਘਰ ਨਹੀਂ ਸੀ, ਲੋਈ ਸੀ ਘਰ। ਕਹਿੰਦਾ ਮਾਤਾ ਜੀ ਭਗਤ ਜੀ ਕਿੱਥੇ ਨੇ, ਕੀ ਗੱਲ ਹੈ ਭਾਈ? ਮਾਤਾ ਜੀ ਮੈਨੂੰ ਦੱਸਿਆ ਕਿ ਭਗਤ ਕਬੀਰ ਜੀ ਕੋੜ ਹਟਾ ਦਿੰਦੇ ਹੈ। ਮਾਤਾ ਲੋਈ ਕਹਿੰਦੀ ਇੰਨਾ ਕੁ ਕੰਮ ਤਾਂ ਮੈਂ ਹੀ ਕਰ ਦਿੰਦੀ ਹਾਂ, ਮਾਤਾ ਜੀ ਤੁਸੀਂ ਹਟਾ ਦਿਓ। ਅਤੇ ਲੋਈ ਕਹਿੰਦੇ ਕਹਿ ਰਾਮ, ਕੋੜੀ ਨੇ ਰਾਮ ਆਖਿਆ, ਸਰੀਰ ਤੋਂ ਕੋੜ ਚਲਾ ਗਿਆ ਇੱਕ ਵਾਰੀ ਰਾਮ ਕਹਿਣ ਨਾਲ। ਹੁਣ ਆਪਾਂ ਲੱਖਾਂ ਵਾਰੀ ਵੀ ਕਹੀਏ ਨਹੀਂ ਜਾਂਦਾ, ਪਰ ਆਪਣਾ ਰਾਮ ਜ਼ਬਾਨ ਦੇ ਉੱਤੇ ਹੈ, ਅੰਦਰ ਕੁਛ ਹੋਰ ਹੈ ਅਤੇ ਜ਼ਬਾਨ 'ਤੇ ਰਾਮ ਹੈ, ਪਰ ਉਹਨਾਂ ਦੇ ਅੰਦਰ ਵੱਸ ਗਿਆ ਕਮਾਈ ਕਰਦਿਆਂ ਕਰਦਿਆਂ। ਜਦੋਂ ਬ੍ਰਹਮ ਗਿਆਨੀ ਇੱਕ ਵਾਰੀ ਵਾਹਿਗੁਰੂ ਕਹਿੰਦਾ ਇੱਕ ਵਾਰੀ, ਤਾਂ ਸਰੀਰ ਦੇ ਉੱਤੇ 3.5 ਕਰੋੜ ਰੋਮ ਹੈ, 3.5 ਕਰੋੜ ਰੋਮ ਹੈ ਆਪਣੇ ਸਰੀਰ 'ਤੇ। ਇਹ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਬਚਨ ਨੇ, ਅਸੀਂ ਗਿਣੇ ਨਹੀਂ, ਬ੍ਰਹਮ ਗਿਆਨੀਆਂ ਦੇ ਬਚਨ ਨੇ ਕਿ ਸਾਡੇ ਸਭ ਦੇ ਸਰੀਰ ਉੱਤੇ 3.5 ਕਰੋੜ ਰੋਮ ਹੈ। ਜਦ ਬੰਦਗੀ ਵਾਲਾ ਇੱਕ ਵਾਰੀ ਵਾਹਿਗੁਰੂ ਕਹਿੰਦਾ ਤਾਂ 3.5 ਕਰੋੜ ਵਾਰੀ ਵਾਹਿਗੁਰੂ ਆਖਿਆ ਜਾਂਦਾ। ਤੁਸੀਂ ਕਹੋਗੇ ਇਹ ਬਾਣੀ ਦਾ ਬਚਨ ਹੈ, ਮਹਾਂਪੁਰਸ਼ਾਂ ਦਾ ਕੋਈ ਬਚਨ ਗੁਰੂ ਦੇ ਉਪਦੇਸ਼ ਤੋਂ ਬਾਹਰ ਨਹੀਂ ਹੁੰਦਾ, ਉਹਨਾਂ ਦਾ ਆਪਣਾ ਉਪਦੇਸ਼ ਨਹੀਂ ਹੁੰਦਾ, ਬਾਣੀ 'ਚ ਕਹਿੰਦੇ ਨੇ ਮਹਾਰਾਜ। ਪਿਆਰੇ ਜੀ ਗੁਰਮੁਖ ਪਿਆਰੇ ਦਾ, ਪਿਆਰੇ ਜੀ ਗੁਰਮੁਖ ਪਿਆਰੇ ਦਾ, ਹਰ ਧਿਆਵੇ ਗੁਰਮੁਖ ਰੋਮ ਰੋਮ ਹਰ ਧਿਆਵੇ, ਗੁਰਮੁਖ ਰੋਮ ਰੋਮ ਧਿਆਵੇ ਰੋਮ ਰੋਮ ਹਰ ਧਿਆਵੇ, ਗੁਰਮੁਖ ਰੋਮ ਰੋਮ ਹਰ ਧਿਆਵੇ ਗੁਰਮੁਖ ਸਗਲੀ ਗਣਤ ਮਟਾਵੇ, ਪਿਆਰੇ ਜੀ ਗੁਰਮੁਖ ਪਿਆਰੇ ਦਾ ਸੰਗਤੇ ਗੁਰਮੁਖ ਪਿਆਰੇ ਦਾ, ਗੁਰਮੁਖ ਰੋਮ ਰੋਮ ਹਰ ਧਿਆਵੇ। 18 ਨਰਕ ਪਾਪੀਆਂ ਦੇ ਭਰੇ ਹੋਏ ਨੇ, ਰਾਜਾ ਜਨਕ ਲੰਘਿਆ ਕੋਲੋਂ ਦੀ, ਹਾਹਾ ਕਰਲਾਪ ਸੁਣੀ, ਪੁੱਛਿਆ
ये हाहा करलाप हो रही, कहिंदे पापी जीव कीते कर्मा दे फल भोग रहे ने। ब्रह्म ज्ञानी दे अंदर एक इच्छा हुंदी है, ब्रह्म ज्ञानी कह पर उपकार उमाहा, होर कोई इच्छा नहीं हुंदी पर उपकार करन दी हुंदी। कहिंदा फिर रोक लियो बबान, रोक लो। ये धर्मराज नूं कहो खाली कर दे नरक। राजा जनक सुन के धर्मराजा कहिंदा जी मैं तां परमात्मा दा बनाया मुंशी हाँ, ना मैं किसे नूं नरक च भेज सकदा ना कढ सकदा। इन्हां दे कर्मां दे मुताबक पापी नरकां च, पुन्नी सुरगां च। हाँ तुसीं इन्हां दे बदले पुन कर्म दे दिओ, इन्हां दे पाप मिट जाणगे, मैं इन्हां नूं नरकां चों कढ दूंगा। फिर राजे जनक ने एक घड़ी 24 मिनट सिमरन किया, 24 मिनट 18 नरक खाली कर दिते राजे जनक ने एक घड़ी दे सिमरन। धन धन राजा जनक है जिन सिमरन कियो विवेक, एक घड़ी के सिमरने पापी तरे अनेक। भगत वड्डा राजा जनक है गुरमुख माया विच उदासी, देव लोग नू चलिया गण गंधर्व सभा सुखवासी, जमपुर गया पुकार सुन बिल लावण जी नरक निवासी। धर्मराय नू आख्योन सबना दी कर बंद खलासी, करे बेनती धर्मराय हों ठाकर सेवक अवनासी। गहने धरियोन एक नाम, पापा नाल करे निरजासी। धर्मराजा धर्मराज ने कहिंदा फिर तकड़ तैयार कर, फिर एक पासे 18 नरकां दे जीवां दा फल, एक पासे 24 मिनट सिमरन कीता। कुंड करते नरकां वाले खाली, वो एक घड़ी नाम जप के। कुंड करते वही नरकां दे, एक घड़ी नाम जप के। करते नरकां दे खाली, तन तन राजा जन कह जिन सिमरन कियो बबे। एक कड़ी के सिमरने पापी तरे। एक बारी राम खवाया माता लोई ने, शरीर दा कोड चलिया गया। हुण आपां लखां वारी कही जाने तां वी नहीं हटदा है। अपने दा जबान दे ना तोते दी रटन राम राम राम, अंदर कुछ होर चल रहा है। रह तवर का शावर कमावत, मानी प्रीत मुखों गंढ लावत। पर उन्हां दे अंदर वस्या वाहिगुरु, भगत मुखै ते बोल दे से बचन हवंदे। सच्चे पातशाह कहिंदे ने चार खाणियां तो सारा संसार पैदा हुंदा है। अंडज जेरज सेतज उत्पुज तेरे कीते जनता। आंडियां तो, जेर तो, पसीने तो,
ਅਤੇ ਧਰਤੀ ਤੋਂ, ਚਾਰ ਥਾਵਾਂ ਤੋਂ ਸਾਰਾ ਸੰਸਾਰ ਪੈਦਾ ਹੁੰਦਾ ਹੈ। ਪਰ ਇਹ ਚਾਰੇ ਖਾਣੀਆਂ ਆਪਣੀ ਮਰਿਆਦਾ ਬਦਲ ਜਾਣ, ਉਲਟੀਆਂ ਫੁਲਟੀਆਂ ਹੋ ਜਾਣ, ਪਰ ਕਿਸੇ ਕਮਾਈ ਵਾਲੇ ਬੰਦਗੀ ਵਾਲੇ ਗੁਰਮੁਖ ਦਾ ਬੋਲਿਆ ਬਚਨ ਬਿਰਥਾ ਨਹੀਂ ਹੋ ਸਕਦਾ। ਅੰਡ ਬਨਾਸੀ, ਜੇਰ ਬਨਾਸੀ, ਉਤਪੁਜ ਸੇਤ ਬਨਾਦਾ, ਚਾਰ ਬਨਾਸੀ ਖੱਟ ਬਨਾਸੀ, ਸਾਧ ਬਚਨ ਅਟਲਾਦਾ। ਅੱਜ ਕੱਲ੍ਹ ਕਹਿੰਦੇ ਨੇ ਇਹ ਕਿਵੇਂ ਹੋ ਜਾਂਦਾ, ਕਿਉਂਕਿ ਆਪਾਂ ਤਾਂ ਕਦੇ ਜਪਜੀ ਸਾਹਿਬ ਦਾ ਪਾਠ ਹੀ ਨਹੀਂ ਕੀਤਾ, ਆਪਾਂ ਤਾਂ ਹਟਾ ਰਹੇ ਹਾਂ ਵੀ ਫਾਇਦਾ ਹੀ ਕੋਈ ਨਹੀਂ ਹੈ, ਆਪਾਂ ਤਾਂ ਕਹਾਂਗੇ ਕਿਵੇਂ ਹੋ ਸਕਦਾ। ਹੁਣ ਨੱਚਣਾ ਨਹੀਂ ਆਉਂਦਾ, ਫਿੱਟੇ ਮੂੰਹ ਵਿਹਲੇ ਦਾ ਹੀ ਕਹਿਣਾ ਪੈਣਾ ਨਾ, ਆਉਂਦਾ ਨਹੀਂ ਤਾਂ ਇਹੀ ਆਖਾਂਗੇ ਵੀ ਵਿਹਲਾ ਹੀ ਖਰਾਬ ਹੈ ਤੁਹਾਡਾ ਟੇਢਾ ਮੇਢਾ ਜਿਹਾ। ਜਦੋਂ ਆਪਾਂ ਜਪਣਾ ਹੀ ਨਹੀਂ, ਫਿਰ ਆਪਾਂ ਆਖਾਂਗੇ ਇਹ ਕਿਵੇਂ ਹੋ ਸਕਦਾ। ਹੁੰਦਾ, ਅਸੀਂ ਦੇਖਿਆ ਹੁੰਦਾ, ਜਿਨ੍ਹਾਂ ਨੇ ਕਮਾਈ ਕੀਤੀ, ਜਿਹੜਾ ਕਰੇਗਾ ਉਹ 'ਤੇ ਗੱਲ ਘੱਟ ਜਾਏਗੀ। ਦੂਜੀ ਵਾਰੀ ਮਾਤਾ ਲੋਈ ਕਹਿੰਦੀ ਕਹਿ ਰਾਮ, ਦੂਜੀ ਵਾਰੀ ਕਿਹਾ ਉਹਦੇ ਮਨ ਦੇ ਵਿੱਚੋਂ ਕੋੜ ਕੱਟ ਦਿੱਤਾ। ਆ ਬਾਬਾ ਜੀ ਸੁਣਾ ਰਹੇ ਸੀ ਨਾ ਹੋਮੇ, ਇਹ ਮਨ ਦਾ ਕੋੜ ਹੈ, ਜਿਹਨੂੰ ਇਸ ਜਨਮ 'ਚ ਕੋੜ ਹੋਵੇ ਉਹਨੂੰ ਅਗਲੇ ਜਨਮ 'ਚ ਵੀ ਹੋ ਜਾਂਦਾ ਹੈ। ਇਸੇ ਤਰ੍ਹਾਂ ਇਹ ਹੋਮੈ ਪਿਛਲੇ ਜਨਮਾਂ ਤੋਂ ਤੁਰੀ ਆਉਂਦੀ, ਹੋਮੈ ਦੀਰਘ ਰੋਗ ਹੈ, ਬੜਾ ਪੁਰਾਣਾ ਹੈ। ਮਨ ਦਾ ਕੋੜ ਕੱਟ ਦਿੱਤਾ। ਫਿਰ ਮਾਤਾ ਲੋਈ ਕਹਿੰਦੀ ਕਹਿ ਰਾਮ, ਤੀਜੀ ਵਾਰੀ ਮੁੜ ਕੇ ਕਦੇ ਅਗਲੇ ਜਨਮਾਂ 'ਚ ਵੀ ਕੋੜ ਨਾ ਹੋ ਜਾਵੇ, ਇਹਨੂੰ ਪੱਕਾ ਹੀ ਟ੍ਰੀਟਮੈਂਟ ਕਰਤਾ ਉਹਦਾ। ਕਬੀਰ ਜੀ ਆ ਗਏ, ਲੋਈ ਇੱਕ ਕੋੜ ਹਟਾਉਣ ਵਾਸਤੇ ਤਿੰਨ ਵਾਰੀ ਰਾਮ, ਇੰਨਾ ਸਸਤਾ, ਇੱਕ ਵਾਰੀ ਬਹੁਤ ਸੀ। ਲੋਈ ਵੱਲ ਕੰਡ ਕਰ ਲਈ ਭਗਤ ਕਬੀਰ ਜੀ ਨੇ, ਨਾਰਾਜ਼ ਹੋ ਗਏ, ਏਡਾ ਸਸਤਾ ਲਾ ਲਿਆ ਰੱਬ ਦਾ ਨਾਮ, ਇੱਕ ਕੋੜ ਹਟਾਉਣ ਵਾਸਤੇ ਤਿੰਨ ਵਾਰੀ ਰਾਮ ਖਵਾ ਦਿੱਤਾ, ਕੰਡ ਕਰ ਲਈ ਲੋਈ ਵੱਲ। ਭਾਵੇਂ ਗਿਆਨਵਾਨ ਸੀ ਲੋਈ, ਪਰ ਇਹ ਇਕੱਲਾ ਪਤੀ ਨਹੀਂ ਸੀ ਸਮਝਦੀ, ਭਗਤ ਕਬੀਰ ਨੂੰ ਪਾਰ ਬ੍ਰਹਮ ਪਰਮੇਸ਼ਰ ਸਮਝਦੀ ਸੀ। ਸਿੱਖ ਵਾਸਤੇ ਸਭ ਤੋਂ ਵੱਡਾ ਦੁੱਖ ਹੁੰਦਾ ਜਦੋਂ ਉਹਦਾ ਗੁਰੂ ਨਾਰਾਜ਼ ਹੋ ਜਾਵੇ ਉਹਦੇ ਉੱਤੇ, ਮੌਤ ਤੋਂ ਵੱਡਾ ਦੁੱਖ ਉਹਦੇ ਵਾਸਤੇ ਹੁੰਦਾ। ਪਰ ਜਿਨ੍ਹਾਂ ਦਾ ਪਿਆਰ ਹੁੰਦਾ ਗੁਰੂ ਨਾਲ, ਉਹਨਾਂ ਦੀ ਗੱਲ ਹੈ, ਨਹੀਂ ਤਾਂ ਅਸੀਂ ਰੋਟੀਆਂ ਖਾਣ ਵਾਲੇ ਬਹੁਤ ਦੇਖੇ ਨੇ ਗੁਰੂ ਘਰਾਂ 'ਚ, ਰੋਟੀਆਂ ਖਾਧੀਆਂ, ਡੰਗ ਵਲਾਏ, ਕੱਪੜੇ ਪਾਟੇ, ਘਰਾਂ ਨੂੰ ਆਏ, ਉਹ ਕਹਿੰਦੇ ਨੇ ਖੁਸ਼ੀ ਲੈਣੀ ਆ ਭਾਵੇਂ ਤਨ ਮਨ ਧਨ ਕੁਰਬਾਨ ਕਰ ਦਈਏ, ਜਿੱਥੇ ਕਹਿਣਗੇ ਖੜ੍ਹ ਜਾਂਗੇ, ਹਿੱਲਾਂਗੇ ਨਹੀਂ, ਇੱਥੇ ਰੋਜ਼ ਹੀ ਕੋਈ ਅਸਰ ਹੀ ਨਹੀਂ ਹੈ, ਕੀ ਲੈਣਗੇ, ਕੱਖ ਨਹੀਂ ਹੈ, ਐਵੇਂ ਜਨਮ ਗਵਾ ਕੇ ਤੁਰ ਜਾਣਾ ਬਸ। ਚਲਾਕੀਆਂ ਪਿੱਛੇ ਦੰਦ ਕੱਢਣੇ, ਅੱਗੇ ਆ ਕੇ ਸਲਾਮ ਕਰ ਦੇਣੀ, ਮਿਲੇਗਾ ਕੱਖ ਨਹੀਂ, ਚਾਰ ਦਿਨ ਪ੍ਰਸ਼ਾਦੇ ਨਹੀਂ ਛਕ ਲਓ, ਲੈਣ ਦੇਣ ਨੂੰ ਕੁੱਖ ਨਹੀਂ ਹੈ। ਹਾਂ ਇਹ ਨਹੀਂ ਹੈਗੇ ਸਾਰੇ ਨੇ ਹੈਗੇ ਨੇ ਵਿੱਚ ਗੁਰਮੁਖ ਭੈ ਭਾਵਣੀ ਵਾਲੇ ਵੀ ਹੈਗੇ ਨੇ, ਜਿਹੜੇ ਗੁਰੂ ਦੇ ਭੈ ਵਿੱਚ ਰਹਿੰਦੇ ਨੇ ਸੱਤ ਪੁਰਸ਼ਾਂ ਦੇ, ਉਹੀ ਲਾਹੇ ਲੈਂਦੇ ਨੇ, ਫਿਰ ਉਹਨਾਂ ਦੀ ਜੈ ਜੈਕਾਰ ਹੁੰਦੀ। ਬਾਕੀ ਟੰਬੇ ਖਾਂਦੇ ਤਾਂ ਬਹੁਤ ਫਿਰਦੇ, ਇੱਥੇ ਖਾ ਲਏ, ਅਗਾਂਹ ਜਾ ਕੇ ਫਿਰ ਖਾ ਲਏ, ਇਹੀ ਉਹਨਾਂ ਦਾ ਬਣਿਆ ਹੋਇਆ ਕੰਮ। ਜਦ ਉਹ ਬਚਨ ਮੰਨਣਾ ਹੀ ਨਹੀਂ, ਹੁਕਮ ਵਿੱਚ ਰਹਿਣਾ ਹੀ ਨਹੀਂ, ਫਿਰ ਇਹੀ ਹੈ। ਸਵਾਉ ਸਾਧ ਸੰਗ ਜੀ, ਕਬੀਰ ਜੀ ਨੇ ਕੰਡ ਕਰ ਲਈ ਲੋਈ ਵੱਲ, ਹੁਣ ਬੇਨਤੀਆਂ ਕਰਦੀ ਹੈ ਲੋਈ। ਲੋਈ ਕਹਿੰਦੀ ਹੈ ਭਗਤ ਕਬੀਰ ਜੀ, ਮੇਰੇ ਵੱਲ ਕੰਡ ਨਾ ਕਰੋ, ਮੇਰੇ ਸਿਰ 'ਤੇ ਧਰ ਕੇ ਆਰਾ ਭਾਵੇਂ ਚੀਰ ਦਿਓ, ਵਿਚਾਲਿਓ ਮੇਰਾ ਸਰੀਰ, ਉਹ ਤਾਂ ਮੈਨੂੰ ਮਨਜ਼ੂਰ ਹੈ, ਪਰ ਤੁਹਾਡੀ ਨਾਰਾਜ਼ਗੀ ਮਨਜ਼ੂਰ ਨਹੀਂ ਹੈ। ਆਰੇ ਨਾਲ ਚੀਰ ਦੇ, ਕਰਵਟ ਨਾ ਦੇ ਕੇ ਮਾਰੀ, ਆਰੇ ਨਾਲ ਚੀਰ ਦੇ, ਕਰਵਟ ਨਾ ਦੇ ਕੇ ਮਾਰੀ,
ना दे के मारी, ओ करवट ना दे के मारी, आरे नाल चीर दे करवट ना दे के मारी, आरे नाल चीर दे करवट ना दे के मारी, करवट भला ना करवत तेरी, लाग गले सुन बेनती मेरी, बेनती कर दी मातल ओई हों वारी, मुख फेर प्यारे करवट दे मोको काहे को मारे, तुहाडी नाराजगी नालों तां मैनू मर जाना चंगा है, तुसी कंड कर ली मेरे वल, किरपा करो मुख मेरे वल करो, माता लोई बाणी दे विच बेनती कर दी है, मुख फेर प्यारे हवारी, मुख फेर प्यारे हवारी, मुख फेर प्यारे करवट दे मोको काहे कुमार, जो तन चीरे त अंग ना मोरो, पिंड परे तो प्रीत ना तोरो, मैं प्रीत नहीं छड़ सकदी शरीर तो छड़ सकदी। लोई परमात्मा दा नाम एडा सस्ता ला लिया, तीन वरी कोड़ हटाउण वास्ते महाराज बेनती सुनो, पहली वारी कोड़ पिछले कर्मा दा फल इहदे शरीर ते कोड़ होया, पहली वारी राम अखवा के उह कट दिता, दूजी वारी राम कोड़ तां हटाया कि इहदे मन दे विच संस्कार पिछले कुछ इस जन्म दे अगे ना रह जाण, उह कट दिते, तीजी राम वरी तां खवाया तीजी वारी कि मुड़ के कूड़ कदे हो ही ना जाए, इन्नी ताकत सी माता लोई दी पवित्र रसना च, इन्नी कमाई सी कोई भी कर लवे, कली माता लोई दी गल थोड़ा है, गुरु घर दियां बीबियां विच बड़ी समर्था होई है, बड़ी ताकत होई है, माई सेवा वर्गियां काबल दियाँ रहन वालियाँ बंदगी करके किड्डी उच्ची अवस्था हो गई, सुरती नाल रोज़ गोइंदवाल साहब आ जाती है माई सेवा, काबल तो गोइंदवाल साहब सुरत नाल आ के सारा दिन बौली की सेवा करती है, टोकरी ढोंदी है, तुरी जाती कदे कदे टोकरे नूं इस तरह झूठा जा दिंदी है, शाम नूं फिर सुरत नाल काबल चली जांदी, किसे नाल गल नहीं करदी, सारा दिन सिमरन करदी रहिंदी है, बाणी पढ़दी रहिंदी है, ते टोकरी ढोंदी रहिंदी,
ਜਿਹੜੇ ਮਾਈ ਭਾਈ ਸੇਵਾ ਕਰਨ ਵਾਲੇ ਨੇ ਉਹਨਾਂ ਨੂੰ ਸੇਵਾ ਕਰਦਿਆਂ ਤਾਂ ਉਂਝ ਵੀ ਚੁਗਲੀਆਂ ਨਿੰਦਿਆ ਦਾ ਪਰਹੇਜ਼ ਰੱਖਣਾ ਚਾਹੀਦਾ। ਹੱਥਾਂ ਨਾਲ ਸੇਵਾ ਕਰੀ ਜਾਓ, ਜ਼ਬਾਨ ਨਾਲ ਸਿਮਰਨ ਕਰੀ ਜਾਓ, ਫਿਰ ਪਤਾ ਲੱਗੇਗਾ ਕਿ ਮੈਂ ਸੇਵਾ ਕਰਕੇ ਆਇਆ। ਅਤੇ ਜੇ ਕੇਸੀ ਨਹਾ ਕੇ ਬੁੱਕ ਭਰ ਕੇ ਸਿਰ 'ਚ ਮਿੱਟੀ ਦਾ ਪਾ ਲਵੇ ਫਿਰ ਨਹਾਉਣ ਦਾ ਕੀ ਫਾਇਦਾ ਹੋਇਆ? ਸਾਰਾ ਦਿਨ ਸੇਵਾ ਕੀਤੀ, ਬਹਿ ਕੇ ਚੁਗਲੀਆਂ ਕਰ ਲਈਆਂ ਅਤੇ ਸੁਣ ਲਈਆਂ, ਹੱਥ ਪੱਲੇ ਕੱਖ ਨਹੀਂ ਲੱਗਦਾ ਫਿਰ। ਇਸ ਕਰਕੇ ਉਹ ਸਾਰਾ ਦਿਨ ਬਾਣੀ ਪੜ੍ਹਦੀ ਰਹਿੰਦੀ ਹੈ ਮਾਈ ਸੇਵਾ। ਸੰਗਤ ਦੇ ਵਿੱਚ ਵਿਚਾਰ ਚੱਲਦੀ ਵੀ ਆ, ਬੀਬੀ ਜਿਹੜੀ ਟੋਕਰਾ ਚੁੱਕੀ ਜਾਂਦੀ ਹੈ ਇਹ ਸਾਰਾ ਦਿਨ ਟੋਕਰਾ ਢੋਂਦੀ ਹੈ, ਗੱਲ ਕਿਸੇ ਨਾਲ ਨਹੀਂ ਕਰਦੀ, ਸਿਮਰਨ ਕਰਦੀ ਰਹਿੰਦੀ ਹੈ, ਬਾਣੀ ਪੜ੍ਹਦੀ ਰਹਿੰਦੀ ਹੈ, ਆਉਂਦੀ ਪਤਾ ਨਹੀਂ ਕਿੱਥੋਂ ਹੈ ਸਵੇਰੇ ਅਤੇ ਜਾਂਦੀ ਪਤਾ ਨਹੀਂ ਕਿੱਥੇ ਹੈ। ਸੰਗਤ ਵੀ ਗੁਰੂ ਦਾ ਹੀ ਰੂਪ ਹੁੰਦੀ ਹੈ, ਸੰਗਤ ਵੀ ਦੇਖ ਲੈਂਦੀ ਹੈ ਕੌਣ ਹੈ ਗੁਰਮੁਖ ਅਤੇ ਕੌਣ ਹੈ ਮਨਮੁਖ। ਸੰਗਤ ਵੀ ਰੱਬ ਦਾ ਹੀ ਰੂਪ ਹੈ ਸਾਧ ਸੰਗਤ ਜੀ, ਸੰਗਤ ਹੀ ਫੈਸਲੇ ਪਹਿਲੀ ਕਰ ਦਿੰਦੀ ਹੈ। ਪਰ ਸਤਿਪੁਰਸ਼ ਤਾਂ ਦੇਖਦੇ ਹੀ ਹੁੰਦੇ ਨੇ, ਪਰ ਸੰਗਤ ਵੀ ਦੇਖਦੀ ਹੁੰਦੀ ਹੈ। ਉਹ ਫਿਰ ਸੰਗਤ ਵੀ ਜਿਹਨੂੰ ਖੁਸ਼ੀ ਦੇ ਦੇਵੇ ਉਹਨੂੰ ਗੁਰੂ ਦੀ ਖੁਸ਼ੀ ਮਿਲ ਜਾਂਦੀ ਹੈ, ਅਤੇ ਜਿਹਨੂੰ ਸੰਗਤ ਜੀ ਦੀ ਸੇਵਾ ਕਰ ਲਵੇ ਫਿਰ ਉਹਨੂੰ ਦੋਹਾਂ ਜਾਨਾਂ 'ਚ ਉਹਦੀ ਸੇਵਾ ਹੀ ਹੁੰਦੀ ਰਹਿੰਦੀ ਹੈ ਬਸ। ਅੱਗੇ ਜਮਦੂਤ ਵੀ ਕਹਿੰਦੇ ਨੇ ਇਹਦਾ ਇਹਦੀ ਸੰਗਤ ਨੇ ਸੇਵਾ ਕੀਤੀ ਸੀ, ਇੱਧਰ ਸਾਡੇ ਕੋਲ ਲਿਆਇਓ ਅਸੀਂ ਵੀ ਥੋੜ੍ਹੀ ਜਿਹੀ ਹੋਰ ਕਰ ਦਈਏ ਇਹਦੀ। ਜਿਵੇਂ ਸਿਆਣੇ ਕਹਿੰਦੇ ਨੇ ਧੁੱਪ ਦੀ ਮਾਰੀ ਹੋਈ ਮੀਂਹ ਨਾਲ ਹਰੀ ਹੋ ਜਾਂਦੀ ਹੈ, ਪਰ ਮੀਂਹ ਦੀ ਮਾਰੀ ਹੋਈ ਫਿਰ ਧੁੱਪ ਹਰਾ ਨਹੀਂ ਕਰ ਸਕਦੀ ਉਹਨੂੰ। ਦੁਨੀਆ ਦੇ ਮਾਰੇ ਹੋਏ ਨੂੰ ਗੁਰੂ ਦੀ ਸੰਗਤ ਬਖਸ਼ਾ ਦਿੰਦੀ ਹੈ, ਪਰ ਗੁਰੂ ਦੀ ਸੰਗਤ ਦਾ ਮਾਰਿਆ ਹੋਇਆ ਕੋਈ ਬਖਸ਼ਾ ਨਹੀਂ ਸਕਦਾ ਉਹਨੂੰ। ਇਸ ਕਰਕੇ ਬਾਈ ਜਿੰਨਾ ਕੁ ਹੋ ਸਕੇ ਗੁਰੂ ਦਾ ਭੈ ਹੀ ਰੱਖੇ ਸੇਵਾ ਸਿਮਰਨ, ਨਹੀਂ ਤਾਂ ਫਿਰ ਢੋਈ ਕਿਤੇ ਨਹੀਂ ਹੈ, ਫਿਰ ਨਹੀਂ ਕਿਤੇ ਪੈਰ ਲੱਗ ਜਾਣਗੇ ਉਹਦੇ, ਫਿਰ ਦੋਵੇਂ ਜਹਾਨ ਹੀ ਉਹਦੇ। ਕਿੱਥੇ ਤਾਂ ਲੋਕ ਸੁਖੀ ਪਰਲੋਕ ਸਹੇਲੇ ਹੋਣਾ ਸੀ, ਅਤੇ ਦੋਵੇਂ ਲੋਕ ਗਵਾ ਲਏ, ਲੋਕ ਵੀ ਗਿਆ ਅਤੇ ਪਰਲੋਕ ਵੀ ਗਿਆ। ਸੰਗਤ ਵੀ ਗੁਰੂ ਦਾ ਰੂਪ ਹੀ ਹੁੰਦੀ ਹੈ, ਵਿੱਚ ਸੰਗਤ ਹਰ ਪ੍ਰਭ ਵੱਸੈ ਜੀਉ। ਸੰਗਤ ਦੇ ਵਿੱਚ ਵੀ ਪਰਮਾਤਮਾ ਵੱਸਦਾ ਹੈ, ਜਿਹੜੇ ਬਚਨ ਸੰਗਤ ਕਰਨ ਲੱਗ ਜਾਏ ਉਹ ਗੁਰੂ ਦੇ ਹੀ ਹੁੰਦੇ ਨੇ। ਜਿਹੜੀ ਗੱਲ ਜ਼ਿਆਦੀ ਦੁਨੀਆ ਕਹਿਣ ਲੱਗ ਜਾਏ ਨਾ ਉਹ ਰੱਬ ਦੀ ਆਵਾਜ਼ ਹੁੰਦੀ ਹੈ ਸਾਧ ਸੰਗਤ ਦੀ। ਜਿਹੜੀ ਬਹੁਤੀ ਦੁਨੀਆ ਦੇ ਜ਼ਬਾਨ 'ਤੇ ਗੱਲ ਆ ਜਾਵੇ ਸਮਝੋ ਪਰਮਾਤਮਾ ਦੀ ਆਵਾਜ਼ ਹੀ ਹੁੰਦੀ ਹੈ। ਇੱਕ ਦਿਨ ਸੰਗਤ ਨੇ ਬੇਨਤੀ ਕੀਤੀ ਗੁਰੂ ਅਮਰਦਾਸ ਮਹਾਰਾਜ ਜੀ, ਆਹ ਬੀਬੀ ਤੁਰੀ ਜਾਂਦੀ ਜਿਹੜੀ ਟੋਕਰਾ ਲੈ ਕੇ ਮਿੱਟੀ ਦਾ, ਇਹ ਖਣੀ ਆਉਂਦੀ ਕਿੱਥੋਂ ਹੈ ਸਵੇਰੇ, ਸ਼ਾਮ ਨੂੰ ਜਾਂਦੀ ਕਿੱਥੇ ਹੈ, ਕਿਸੇ ਨਾਲ ਕੋਈ ਗੱਲ ਨਹੀਂ ਕਰਦੀ, ਸਾਰਾ ਦਿਨ ਟੋਕਰੀ ਢੋਂਦੀ ਹੈ ਅਤੇ ਤੁਰੀ ਜਾਂਦੀ, ਕਦੇ ਕਦੇ ਇਸ ਤਰ੍ਹਾਂ ਟੋਕਰੇ ਨੂੰ ਹੁਲਾਰਾ ਜਿਹਾ ਦਿੰਦੀ ਹੈ। ਗੁਰੂ ਤਾਂ ਅੰਤਰਜਾਮੀ ਜਾਣਦਾ ਹੈ, ਜਿਹਨੇ ਇੱਕ ਭਾਂਡਾ ਵੀ ਮਾਂਜਿਆ ਨਾ ਉਹਦਾ ਵੀ ਗੁਰੂ ਜਾਣਦਾ ਵੀ ਇਹਨੇ ਇੱਕ ਬਰਤਨ ਮਾਂਜਿਆ ਆ ਕੇ, ਇੱਕ ਤਿਲ ਨਹੀਂ ਭੰਨਾ ਘੱਲ ਹੈ, ਇੱਕ ਤਿਲ ਜਿੰਨੀ ਕੀਤੀ ਵੀ ਸੇਵਾ ਗੁਰੂ ਅਜਾਈ ਨਹੀਂ ਜਾਣ ਦਿੰਦਾ ਕਿਸੇ ਦੀ। ਕਰਕੇ ਤਾਂ ਦੇਖੇ ਕੋਈ, ਦੁਨੀਆ ਚਲਾਕੀਆਂ ਕਰਦੀ ਹੈ, ਵਾੜਾਂ ਤੋਂ ਭੂਰੇ ਲੱਭਦੀ ਫਿਰਦੀ ਹੈ, ਕਦੇ ਮਿਲੇ ਕਿਸੇ ਨੂੰ ਵਾੜਾਂ ਤੋਂ ਭੂਰੇ? ਇਹ ਤਾਂ ਉੱਨ ਕਤਾਉਣੀ ਪੈਂਦੀ ਹੈ, ਫਿਰ ਬੁਣਨੀ ਪੈਂਦੀ ਹੈ, ਫਿਰ ਕੰਬਲ ਬਣ ਕੇ ਨਿੱਘ ਆਉਂਦੇ ਨੇ। ਦੁਨੀਆ ਵਾੜਾਂ ਦੇ ਭੂਰੇ ਲੱਭਦੀ ਫਿਰਦੀ ਹੈ, ਚਲਾਕੀਆਂ ਕਰਦੇ ਨੇ ਲੋਕ। ਉਹ ਗੁਰੂ ਜਾਣਦਾ ਸਾਰਾ ਕੁਛ, ਭੁੱਲਿਆ ਨਹੀਂ ਹੋਇਆ। ਮਹਾਰਾਜ ਤਾਂ ਜਾਣਦੇ ਸੀ ਸਭ ਕੁਛ, ਬਿਨਾਂ ਬੋਲਿਆ ਸਭ ਕੁਛ ਜਾਣਦਾ, ਬਿਨ ਬੋਲਿਆ ਸਭ ਕੁਛ ਜਾਣਦਾ ਕਿ ਸਾਗਾ ਕੀ ਚੈੜਦਾ। ਜਦੋਂ ਮਾਈ ਸੇਵਾ ਟੋਕਰਾ ਸਿੱਟ ਕੇ ਆਈ, ਗੁਰੂ ਅਮਰਦਾਸ ਮਾਰ ਨੇ ਬੁਲਾ ਲਿਆ, ਬੀਬਾ
ਧੀਏ ਘਰ ਕਿੱਥੇ ਨੇ ਤੇਰੇ? ਮਾਈ ਸੇਵਾ ਨੇ ਟੋਕਰਾ ਰੱਖ ਕੇ ਹੱਥ ਜੋੜਿਆ, ਸੱਚਿਆ ਪਾਤਸ਼ਾਹ ਘਰ ਤਾਂ ਤੁਹਾਡੇ ਨੇ, ਤੁਹਾਡੇ ਦਿੱਤੇ ਘਰਾਂ 'ਚ ਟਾਈਮ ਲੰਘਾਉਂਦੇ ਹਾਂ ਸੱਚੇ ਪਾਤਸ਼ਾਹ। ਜੈ ਪ੍ਰਸਾਦ ਵਸੈ ਸੁਖ ਮੰਦਰ, ਜਿਹਦੀ ਕਿਰਪਾ ਨਾਲ ਮਹਿਲ ਮਾੜੀਆਂ ਆਪਾਂ ਨੂੰ ਮਿਲੀਆਂ, ਉਹਨੂੰ ਯਾਦ ਰੱਖਣਾ ਬਾਈ। ਸੱਚੇ ਪਾਤਸ਼ਾਹ ਤੁਹਾਡੇ ਦਿੱਤੇ ਘਰਾਂ ਵਿੱਚ ਸਮਾਂ ਗੁਜ਼ਾਰਦੇ ਹਾਂ, ਘਰ ਤਾਂ ਤੁਹਾਡੇ ਨੇ, ਮਾਲਕ ਤੁਸੀਂ ਹੋ। ਤੁਸੀਂ ਤਾਂ ਜਾਣਦੇ ਹੋ ਮਹਾਰਾਜ, ਪਰ ਜੇ ਮੇਰੇ ਤੋਂ ਖਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਾਬਲ 'ਚ ਘਰ ਦਿੱਤੇ ਆ ਸਾਨੂੰ, ਮੈਂ ਕਾਬਲ ਦੀ ਰਹਿਣ ਵਾਲੀ ਹਾਂ। ਇਹ ਬੀਬਾ ਇੱਥੇ ਆਉਂਦੀ ਕਿਵੇਂ ਹੈ? ਮਹਾਰਾਜ ਤੁਹਾਡੀ ਕਿਰਪਾ ਨਾਲ ਮੈਂ ਸੁਰਤ ਨਾਲ ਆ ਜਾਂਦੀ ਹਾਂ ਰੋਜ਼, ਗੋਇੰਦਵਾਲ ਕਾਬਲ ਤੋਂ ਗੋਇੰਦਵਾਲ ਆ ਜਾਂਦੀ ਹਾਂ ਸੁਰਤੀ ਨਾਲ। ਕਹਿੰਦੇ ਨੇ ਜੋਗੀਆਂ 'ਚ ਬੜੀ ਤਾਕਤ ਹੋਈ ਹੈ ਫਲਾਣਿਆਂ 'ਚ, ਆ ਗੁਰੂ ਘਰ ਦੀਆਂ ਬੀਬੀਆਂ ਦੀ ਗੱਲ ਹੋ ਰਹੀ ਹੈ। ਗ੍ਰਿਸਤ ਵਿੱਚ ਰਹਿ ਕੇ ਬੱਚੇ ਪਾਲ ਕੇ ਕੰਮ ਕਰ ਕਰਕੇ ਐਡੀਆਂ ਐਡੀਆਂ ਤਾਕਤਾਂ ਦੀਆਂ ਮਾਲਕ ਹੋਈਆਂ ਬੀਬੀਆਂ, ਗੁਰੂ ਘਰ ਦੇ ਵਿੱਚ ਬੰਦਗੀ ਕਰਨ ਵਾਲੀਆਂ। ਬੀਬਾ ਕਿਵੇਂ ਆਉਂਦੀ ਹੈ? ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਨਾਲ ਸੁਰਤ ਨਾਲ ਆ ਜਾਂਦੀ ਹਾਂ ਮੈਂ। ਫਿਰ ਤੁਰੀ ਜਾਂਦੀ ਟੋਕਰਾ ਕਿਉਂ ਹਿਲਾਉਂਦੀ ਹੈ ਇਸ ਤਰ੍ਹਾਂ, ਝੂਟਾ ਜਿਹਾ ਕਿਉਂ ਦੇਨੀ ਹੈ? ਮਹਾਰਾਜ ਮੇਰਾ ਛੋਟਾ ਜਿਹਾ ਬੱਚਾ ਹੈ, ਮੇਰੀ ਗੋਦ ਵਿੱਚ ਅਜੇ ਖੇਡਣ ਨਹੀਂ ਲੱਗਿਆ, ਛੋਟਾ ਹੈ, ਉਹਨੂੰ ਮੈਂ ਪੰਘੂੜੇ 'ਚ ਪਾ ਕੇ ਆਉਂਦੀ ਹਾਂ ਗੋਇੰਦਵਾਲ। ਜਦੋਂ ਉੱਥੇ ਰੋਂਦਾ ਹੈ ਮੈਨੂੰ ਇੱਥੇ ਪਤਾ ਲੱਗ ਜਾਂਦਾ, ਮੈਂ ਟੋਕਰਾ ਹਿਲਾ ਕੇ ਉਹਦੇ ਪੰਘੂੜੇ ਨੂੰ ਹੂਟਾ ਦੇ ਦਿੰਦੀ ਹਾਂ। ਇਹ ਗੱਲਾਂ ਚਰਜ ਦੀਆਂ ਨੇ ਵੈਸੇ, ਆ ਜਿਹੜੇ ਕਿਤਾਬੀ ਜੇ ਕੀੜੇ ਜੇ ਨੇ ਇਹ ਆਖਣਗੇ ਕਿਵੇਂ ਹੋ ਸਕਦਾ ਹੈ, ਇਹ ਤਾਂ ਨਾਸਤਿਕ ਬਣਾ ਰਹੇ ਨੇ, ਲੋਕਾਂ ਨੂੰ ਬਾਣੀ ਪੜ੍ਹਨ ਤੋਂ ਸਿਮਰਨ ਕਰਨ ਤੋਂ ਹਟਾ ਰਹੇ ਨੇ। ਹਰ ਗੱਲ 'ਤੇ ਕਿਵੇਂ ਹੋ ਸਕਦਾ? ਹੋ ਸਕਦਾ, ਤੁਸੀਂ ਬਾਣੀ ਨੇ ਝੂਠਾ ਸਾਬਤ ਕਰ ਰਹੇ ਹੋ। ਇਹ ਤਾਂ ਗੁਰਸਿੱਖ ਬੀਬੀਆਂ ਦੀ ਗੱਲ ਹੈ, ਉਹ ਕੂੰਜ ਚੁਗਦੀ ਹੈ ਪੰਜਾਬ ਦੇ ਵਿੱਚ, ਕੂੰਜ, ਅਤੇ ਉਹਦੇ ਬੱਚੇ ਰਹਿੰਦੇ ਨੇ ਰੂਸ ਵਿੱਚ। ਇੱਥੇ ਚੋਗਾ ਚੁੱਕ ਕੇ ਧਿਆਨ ਧਰਦੀ ਹੈ ਅਤੇ ਚੋਗਾ ਰੂਸ ਦੇ ਵਿੱਚ ਪਹੁੰਚਾ ਦਿੰਦੀ ਉਹ। ਅਸੀਂ ਨਹੀਂ ਕਹਿੰਦੇ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਊਡੈ ਊਡਾਵੈ ਸਹਿ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਨ ਖਿਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰਿਆ। ਇਹ ਤਾਂ ਜਾਨਵਰਾਂ ਦੀ ਗੱਲ ਹੈ, ਕੂੰਜਾਂ ਦੀ, ਗੁਰਸਿੱਖ ਬੰਦਗੀ ਕਰਕੇ ਕਿਉਂ ਨਹੀਂ ਕਰ ਸਕਦਾ? ਪਰ ਇਹ ਹੈ ਸਾਡੀ ਅੱਜ ਬੰਦਗੀ ਨਹੀਂ ਹੈ, ਸਿਮਰਨ ਨਹੀਂ ਹੈ, ਕਮਾਈ ਨਹੀਂ ਹੈ, ਤਾਂ ਕਰਕੇ ਕਿਵੇਂ ਹੋ ਸਕਦਾ, ਕਿਵੇਂ ਹੋ ਸਕਦਾ, ਕੀ ਹੋ ਸਕਦਾ? ਤੁਸੀਂ ਆਪ ਤਾਂ ਨਹੀਂ ਜਪਣਾ, ਹੋਰਨਾਂ ਨੂੰ ਤਾਂ ਜਪ ਲੈਣ ਦਿਓ, ਤੁਸੀਂ ਆਪ ਤਾਂ ਨਿਤਨੇਮ ਸਿਮਰ ਨਹੀਂ ਕਰਨਾ, ਦੂਜਿਆਂ ਦੇ ਬੇੜੀਆਂ 'ਚ ਵੱਟੇ ਕਿਉਂ ਧਰਦੇ ਹੋ? ਆਪ ਤਾਂ ਮਰੋਂਗੇ, ਹੋਰ ਕਈਆਂ ਨੂੰ ਲੈ ਕੇ ਮਰ ਜਾਓਗੇ ਨਾਲ। ਆਪ ਡੁੱਬੇ ਚੋ ਬੇਦ ਮੇ ਚੇਲੇ ਦੀਏ ਬਹਾਏ, ਮਗਰ ਹੀ ਉਹ ਚੇਲੇ ਜਾਣਗੇ ਜਿੱਦਣ ਫਿਰ ਗੁਰੂ ਪਖੰਡੀ ਜਾਏਗਾ। ਇਹ ਸਾਇੰਸ ਨੇ ਗੱਲ ਤਾਂ ਮੰਨੀ ਹੈ, ਐਵੇਂ ਨਹੀਂ ਬਾਣੀ ਪੜ੍ਹ ਕੇ ਮੰਨ ਲਿਆ। ਉਹਨਾਂ ਨੇ ਕੂੰਜਾਂ ਫੜ ਕੇ ਉਹਨਾਂ ਦੇ ਪੈਰਾਂ ਵਿੱਚ ਛੱਲੇ ਪਾ ਕੇ ਉੱਤੇ ਲਿਖਤਾ ਇੰਡੀਆ। ਤੁਸੀਂ ਜ਼ਿਆਦਾ ਪੰਜਾਬ ਵਾਲੇ ਇੱਥੇ ਬੈਠੇ ਹੋ, ਐਂ ਤਾਂ ਯੂਪੀ ਵਾਲੇ ਵੀ ਬੈਠੇ ਨੇ ਵਿੱਚ, ਰਾਜਸਥਾਨ ਦੇ ਵੀ ਬੈਠੇ ਨੇ ਇੱਥੇ, ਹਰਿਆਣੇ ਵਾਲੇ ਤਾਂ ਬਹੁਤੇ ਨੇ, ਆ ਨੇੜੇ ਵਾਲੇ ਤਾਂ ਕਹਿੰਦੇ ਹੋਣਗੇ ਸਵੇਰੇ ਚੱਲਾਂਗੇ ਇੱਥੇ। ਇਹ ਤਾਂ ਹਰੇਕ ਵਾਰੀ ਮਹੀਨੇ ਦੁਆਨ ਲੱਗਿਆ ਹੀ ਰਹਿੰਦਾ, ਇਹਨਾਂ ਦਾ ਤਾਂ ਕੰਮ ਹੀ ਇਹੀ ਹੈ, ਇਹ ਘੱਟ ਲਾਹਾ ਲੈ ਸਕਦੇ ਨੇ। ਇਹ ਨਾ ਆਖੋ ਵੀ ਮਾਜਰੀ ਵਾਲੇ ਨਹੀਂ ਆਏ ਜਾਂ ਲਾਹੌਰ ਵਾਲੇ ਨਹੀਂ ਆਏ, ਆਏ ਹੋਏ ਨੇ ਪਰ ਥੋੜ੍ਹੇ ਨੇ, ਬਹੁਤੇ ਬਾਹਰੋਂ ਆਏ ਹੋਏ ਨੇ। ਦੂਰ ਵਾਲੇ ਜ਼ਿਆਦਾ ਲਾਹਾ ਲੈ ਜਾਂਦੇ ਨੇ, ਨੇੜੇ ਵਾਲੇ ਤਾਂ ਦੇਖਦੇ ਰਹਿੰਦੇ ਨੇ, ਆ ਗੱਡੀ ਲੰਘ ਗਈ, ਹੁਣ ਇਹਨਾਂ ਦਾ ਟਰੈਕਟਰ ਲੰਘ ਗਿਆ, ਹੁਣ ਮੋਟਰਸਾਈਕਲ ਵੀ ਲੰਘ ਗਏ ਇਹਨਾਂ ਦਾ, ਆ ਹੋਰ ਹੁਣ ਮੋਢਿਆਂ 'ਤੇ ਚੱਕ ਕੇ ਲੈ ਜੀ, ਹੁਣ ਸੜਕਾਂ 'ਤੇ ਜਾਣਗੇ ਤਾਂ ਹੁਣ
ਨੇੜੇ ਹੋਵੇ ਅਤੇ ਸ਼ਰਧਾ ਹੋਵੇ ਫਿਰ ਤਾਂ ਬੇੜੇ ਤਾਰੀ ਜਾਣਗੇ। ਇਹ ਨੇਤ ਹੈ ਪਰਮਾਤਮਾ ਦੀ ਕਿ ਕਿਸੇ ਕਿਸੇ ਨੂੰ ਭਾਵਨਾ ਆਉਂਦੀ ਨਹੀਂ ਤਾਂ ਫਿਰ ਉਹ ਤਾਂ ਸਭ ਨੂੰ ਪਤਾ ਹੀ ਹੈ। ਨਹੀਂ, ਸ਼ਰਧਾ ਵਾਲੇ ਵੀ ਬਹੁਤ ਨੇ, ਸੇਵਾ ਕਰਨ ਵਾਲੇ ਵੀ ਬਹੁਤ ਨੇ, ਜਿਨ੍ਹਾਂ 'ਤੇ ਗੁਰੂ ਕਿਰਪਾ ਕਰਦਾ ਉਹ ਲਾਹਾ ਲੈ ਹੀ ਲੈਂਦੇ ਆ। ਉਹਨਾਂ ਨੇ ਛੱਲੇ ਪਾਏ ਉਹਨਾਂ ਦੇ ਪੈਰਾਂ ਵਿੱਚ, ਉੱਤੇ ਲਿਖਤਾ ਇੰਡੀਆ। ਅਤੇ ਤੁਸੀਂ ਪੰਜਾਬ ਦੇ ਵਿੱਚ ਬੈਠੇ ਹੋ, ਜੇ ਆਪਾਂ ਨੂੰ ਕੋਈ ਪੁੱਛੇ ਵੀ ਸਾਡੇ ਇਹ ਸਟੇਟ ਦੇ ਵਿੱਚ ਸਾਡੇ ਇਲਾਕੇ 'ਚ ਕੂੰਜਾਂ ਕਦੋਂ ਆਉਂਦੀਆਂ, ਕਿਹੜੇ ਮਹੀਨੇ 'ਚ ਆਉਂਦੀਆਂ, ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਕੱਤਕ ਕੂੰਜਾਂ ਚੇਤ ਡੋ ਸਾਵਨ ਬਿਜਲੀਆਂ, ਕੱਤਕ ਦੇ ਮਹੀਨੇ 'ਚ ਕੂੰਜਾਂ ਆਉਂਦੀਆਂ ਸਾਡੇ ਦੇਸ਼ ਵਿੱਚ। ਫਿਰ ਰੂਸ ਵਿੱਚ ਦੇਖਿਆ ਉਹ ਕੂੰਜਾਂ ਫਿਰ ਮੁੜ ਕੇ ਗਈਆਂ ਆਪਣੇ ਵਤਨਾਂ ਨੂੰ। ਉੱਥੇ ਧਿਆਨ ਦੇ ਨਾਲ ਕੂੰਜ ਰੂਸ ਦੇ ਵਿੱਚ ਆਪਣੇ ਬੱਚੇ ਕੋਲ ਚੋਗਾ ਪਹੁੰਚਾ ਦਿੰਦੀ ਹੈ, ਅਤੇ ਗੁਰਸਿੱਖ ਬੀਬੀਆਂ ਨਹੀਂ ਹੂਟਾਂ ਦੇ ਸਕਦੀਆਂ ਭੂੜੇ ਨੂੰ, ਦੇ ਸਕਦੀਆਂ ਪਰ ਕਮਾਈ ਹੋਵੇ ਤਾਂ। ਸੱਚੇ ਪਾਤਸ਼ਾਹ ਫਿਰ ਮੈਂ ਸ਼ਾਮ ਨੂੰ ਸੁਰਤ ਨਾਲ ਘਰ ਚਲੀ ਜਾਂਦੀ ਹਾਂ। ਇਹ ਤਾਕਤ ਕਿੱਥੋਂ ਪਾਈ ਹੈ? ਮਹਾਰਾਜ ਤੁਹਾਡੇ ਚਰਨਾਂ 'ਚੋਂ। ਮੇਰਾ ਪਤੀ ਵੀ ਗੁਰਮੁਖ ਹੈ, ਉਹ ਵੀ ਸਾਧਨਾ ਕਰਦਾ, ਬੰਦਗੀ ਕਰਦਾ, ਗੁਰਸਿੱਖੀ ਧਾਰਨ ਕੀਤੀ ਹੈ। ਮੈਂ ਵੀ ਤੁਹਾਡੇ ਚਰਨਾਂ 'ਚੋਂ ਸਿੱਖੀ ਦੀ ਨਾਮ ਦੀ ਦਾਤ ਲਈ ਹੈ। ਅਸੀਂ ਇਕੱਠੇ ਕਮਾਈ ਕਰਦੇ ਸਾਧਨਾ, ਇਹ ਤੁਹਾਡੇ ਚਰਨਾਂ ਦਾ ਸਦਕਾ ਮਹਾਰਾਜ। ਬਹੁਤ ਬੀਬੀਆਂ ਕਮਾਈ ਵਾਲੀਆਂ ਹੋਈਆਂ। ਸੋ ਭਗਤ ਕਬੀਰ ਜੀ ਭਗਤਾਂ ਦੇ ਸਿਰਮੋਰ ਭਗਤ ਹੋਏ ਨੇ। ਭਗਤ ਕਬੀਰ ਜੀ ਨੂੰ ਪੁੱਛਿਆ, ਭਗਤ ਜੀ ਸਭ ਤੋਂ ਵੱਡਾ ਡਰ ਦੁਨੀਆਂ ਵਿੱਚ ਮੌਤ ਦਾ ਹੈ, ਸਭ ਤੋਂ ਵੱਡਾ ਖੌਫ। ਜਦੋਂ ਦਾ ਸੰਸਾਰ ਬਣਿਆ ਜਦ ਤੱਕ ਰਹੇਗਾ ਦੁਨੀਆਂ ਮੌਤ ਤੋਂ ਬਚਣ ਦੇ ਉਪਰਾਲੇ ਕਰਦੀ ਰਹੀ ਹੈ, ਕਰ ਰਹੀ ਹੈ ਅਤੇ ਕਰਦੇ ਰਹਿਣਗੇ। ਪਰ ਮੌਤ ਨੂੰ ਕਿਸੇ ਨੇ ਨਹੀਂ ਜਿੱਤਿਆ, ਮੌਤ ਨੇ ਸਭ ਨੂੰ ਜਿੱਤਿਆ। ਕਬੀਰ ਜੀ ਤੁਹਾਨੂੰ ਮੌਤ ਦਾ ਡਰ ਨਹੀਂ ਹੈ? ਭਗਤ ਕਬੀਰ ਜੀ ਕਹਿੰਦੇ ਜਿਹੜੀ ਮੌਤ ਤੋਂ ਦੁਨੀਆ ਥਰ ਥਰ ਕੰਬਦੀ ਹੈ, ਉਸ ਮੌਤ ਨੂੰ ਅਸੀਂ ਚਾਅ ਨਾਲ ਡੀਕਦੇ ਹਾਂ ਜਿਵੇਂ ਕੋਈ ਵਿਆਹ ਦੇ ਦਿਨ ਨੂੰ ਡੀਕਦਾ ਹੁੰਦਾ ਆਪਣੇ ਵਿਆਹ ਦੇ ਦਿਨ ਨੂੰ। ਅਸੀਂ ਤਾਂ ਬਈ ਮੌਤ ਨੂੰ ਇਸ ਤਰ੍ਹਾਂ ਡੀਕਦੇ ਹਾਂ। ਕਿਉਂ? ਹੁਣ ਜੀਵਨ ਦੇ ਵਿੱਚ ਅਸੀਂ ਸ਼ਬਦ ਦੀ ਕਮਾਈ ਕਰਕੇ ਆਨੰਦ ਦੀ ਅਵਸਥਾ ਵਿੱਚ ਰਹਿੰਦੇ ਹਾਂ। ਆਹ ਜਦੋਂ ਸਰੀਰ ਦਾ ਖੱਪਰ ਫੁੱਟ ਗਿਆ ਫਿਰ ਪਰਮ ਆਨੰਦ ਵਿੱਚ ਚਲੇ ਜਾਣਾ, ਆਨੰਦ ਵਿੱਚੋਂ ਪਰਮ ਆਨੰਦ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਦੋਂ ਅੰਤ ਟਾਈਮ ਆਵੇ, ਹੁਣ ਜੀਵਨ ਮੁਕਤੀ ਦੇ ਵਿੱਚ ਛੱਡ ਕੇ ਫਿਰ ਵਿਦੇਹ ਮੋਕਸ਼ ਦੇ ਵਿੱਚ ਚਲੇ ਜਾਣਾ, ਆਨੰਦ ਦੀ ਅਵਸਥਾ ਛੱਡ ਕੇ ਪਰਮ ਆਨੰਦ ਦੀ ਅਵਸਥਾ ਚਲੇ ਜਾਣਾ। ਕਬੀਰ ਜਿਸ ਮਰਨੇ 'ਤੇ ਜੱਗ ਡਰੈ, ਮੇਰੇ ਮਨ ਆਨੰਦ ਮਰਨੇ ਹੀ 'ਤੇ ਪਾਈਏ ਪੂਰਨ ਪਰਮਾ ਆਨੰਦ। ਬਈ ਅਸੀਂ ਤਾਂ ਡੀਕਦੇ ਹਾਂ ਕਦੋਂ ਟਾਈਮ ਆਵੇ, ਆ ਛੱਡ ਕੇ ਤਿੰਨ ਮਨ ਦੀ ਦੇਹ ਉਸ ਪਰਮ ਆਨੰਦ ਦੀ ਅਵਸਥਾ ਵਿੱਚ ਚਲੇ ਜਾਈਏ। ਜਿਹੜੀ ਮੌਤ ਤੋਂ ਡਰੇ ਜੱਗ ਸਾਰਾ, ਉਹ ਮੇਰੇ ਮਨ ਆਨੰਦ ਹੈ। ਜਿਹੜੀ ਮੌਤ ਤੋਂ ਮੇਰੇ ਮਨ ਆਨੰਦ ਹੈ, ਉਹ ਜਿਹੜੀ ਮੌਤ ਤੋਂ ਡਰੇ ਬਈ ਜਾਗ
हरे जग सारा मेरे मन आनंद है भई जेड़ी मौत तो मेरे मन आनंद है गुंजा पा दे गुंजा ओ जेड़ी मौत तो मेरे मन आनंद वो मरने ही ते पाइए पूर्ण परमानंद रब दे प्यारे उत्ते मौत दा कानून लागू नहीं होता। ठीक है वो शरीर धारदे ने शरीर छड़दे ने वो तो संसार ते परपकार करन वास्ते आउंदे ने ते जिन्ना चिर संसार हैगा संत बाबा सुखदेव सिंह जी महाराज का जीवन जग्यासुआ वास्ते परमार्थ दे पांधियां वास्ते गुरमुख गाड़ी राह दा कम करदा रहे वो सदा संसार दे उत्ते जिउंदे रहिंदे ने वो संसार ते आउंदे ही परपकार करन वास्ते। सो आओ समा अगे इजाजत नहीं दिंदा है कुछ बेनतियां ने हुण समाप्ति तो बाद जिन्हां नूं समा मिल गया जगह मिल गई आराम करन वास्ते चंगी गल है। इत्थे हाल विच पखे चल ही रहे ने सिंह पहरा दिंदे रहणगे फिर तुर के सो थोड़ा समा दो तीन घंटे आराम कर सकदे हो फिर तीन कु बजे ढाई तीन बजे उधर प्रसादे पकण दी सेवा शुरू हो जानी है। आ माइयां नूं बेनती है जे तां कह के लाया चलो भाई सेवा करो अद्धी सेवा रह जाएगी फिर जे आप जाके मंगोगे भी सानू सेवा दिओ फिर पूरी सेवा दा फल मिलेगा। जिहड़ी कह के करवाउणी है वो अद्धी हो जाती है एक हाथ जोड़ के सेवा मंगनी है उहदा फिर पूरा पूरा फल प्राप्त हुंदा। जिहड़े सिंह पहरे ते ड्यूटी वो फिर तुर के पहरा दिंदे रहणगे जिन्हां ने आराम करना है थोड़ा समा आराम कर लेंगे फिर अमृत वेले आसा जी दी वार दा कीर्तन चार बजे शुरू हो जाता है समाप्ति होएगी कुछ साढ़े छे सत्त बजे उस तो बाद छे सवा छे बजे समाप्ति हो जानी है फिर पंडाल दे विच मार दे प्रकाश हो जाएंगे कु अठ साढ़े अठ नौ बजे फिर चार बजे तक कथा कीर्तन का प्रवाह चलेगा। बहुत सत्कार योग कीर्तनीय महापुरशा ने कथावाचकों ने संगतों निहाल करना है फिर संगतों ने सेवा दे ते सत्संग दे लाहे लेने हैं आपां खुशियां लैन वास्ते आया खुशियां लेके जाना है। कोई ऐसा कर्म ना करे कि जिहड़ा संगत वास्ते विक्षेपता बने तो गुरु की नाराजगी का पात्र बन जाए। तुसी विचारां सुनी लईआं जे संगत की खुशी मिल जाए तो गुरु की खुशी है जे संगत की नाराजगी होगी फिर उन्हूं गुरु नहीं बख सकता है। इस करके पहरेदारां नूं भी हुक्म है कि पहला हाथ जोड़ के समझाउणा है कहना है जे फिर मर्यादा की लंघना करता है शांति भंग करता है फिर दूजा काम ये पहरेदारां दी ड्यूटी है प्रशासन की भी ड्यूटी लगी हुई है ये फिर ये ना क्यों असी सेवा करन गए से उते साडी भी सेवा करती फिर ये भी काम बनेगा नहीं तो। सौ ये बेनतियां प्रवान करियो श्रद्धा भावना ते प्रेम का सबूत देना है किसी नूं कहना ना पवे आप अपना फर्ज समझ के संगतां ने सेवा करनी है। सो हुण ननसद गुरु स्तोत्र विच बोलो फिर अरदास हुक्मनामे सुन के बाबा गुरसेवक सिंह जी
ਕੁਝ ਸੰਗਤਾਂ ਨੂੰ ਬੇਨਤੀਆਂ ਕਰਨਗੇ ਸਵੇਰ ਵਾਸਤੇ, ਸੁਖਾਸਨ ਦੀ ਸੇਵਾ ਹੋ ਜਾਏਗੀ, ਫਿਰ ਸੱਚੇ ਪਾਤਸ਼ਾਹ ਦਰਬਾਰ ਸਾਹਿਬ ਆਪਣੇ ਨਿੱਜ ਸਥਾਨਾਂ ਨੂੰ ਜਾਣਗੇ। ਆਸਾ ਦੀ ਵਾਰ ਦਾ ਕੀਰਤਨ ਵੀ ਦਰਬਾਰ ਸਾਹਿਬ ਹੀ ਹੋਏਗਾ ਸਵੇਰੇ। ਫਿਰ ਸੰਗਤਾਂ ਨੇ ਕੁਛ ਆਰਾਮ ਕਰਕੇ ਫਿਰ ਸੇਵਾ 'ਤੇ ਤਤਪਰ ਹੋ ਜਾਣਾ। ਜਿਨ੍ਹਾਂ ਨੇ ਇੱਕ ਰਾਤ ਲੇਖੇ ਲਾ ਦਿੱਤੀ, ਉਹਨਾਂ ਦੀਆਂ ਪਿਛਲੀਆਂ ਰਾਤਾਂ ਲੰਘੀਆਂ ਵੀ ਸਫਲੀਆਂ ਹੋ ਜਾਣਗੀਆਂ ਸਾਧ ਸੰਗਤ 'ਚ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਜੀ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਤੇਰਾ ਪੰਥ ਖਾਲਸਾ, ਧੰਨ ਹੈ ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ, ਵਾਹਿਗੁਰੂ 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 ਬੋਲ, ਵਾਹਿਗੁਰੂ 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 ਬੋਲ,
वाहिगुरु बोल कदे ना डोल, वाहिगुरु बोल कदे ना डोल। सतनाम श्री वाहिगुरु बोल, सतनाम श्री वाहिगुरु बोल।